ਜਿੰਨਾ ਚਿਰ ਮੈਂ ਚਾਹ ਨਾ ਨਾ ਰੋਟੀ ਤੋਂ ਬਾਅਦ ਚਾਹ ਨਾ ਪੀਵਾਂ ਓਨਾ ਚਿਰ ਤਾਂ ਸਬਰ ਹੀ ਨਹੀਂ ਆਉਂਦਾ, ਨਾਲੇ ਆਪਦੀ ਬਣਾਈ ਵੀ ਨਾ ਵੀਰਪਾਲ ਹੋ ਜਾਂਦੀ ਹੈ ਬਾਕੀ ਤਾਂ ਗਈ ਗੋਹਾ ਪੱਥਣ। ਚੱਲ ਹੁਣ ਬਰਫੀ ਖਾ ਕੇ ਆਉਂਦੀ ਜਾਂਦੀ ਹਾਂ ਮੈਂ। ਨਹੀਂ ਭੈਣੇ ਸੌਂ ਗਈ ਤੂੰ? ਨਾ ਭੈਣੇ ਨਹੀਂ ਪਈ ਸੀ, ਉੱਠੀ ਉੱਠੀ ਮੈਂ ਚਾਹ ਤਾਂ ਆਪਦੀ ਕਰ ਲਿਆ। ਅੱਛਾ ਤੈਂ ਪੀਣੀ ਆਪਦੀ ਉੱਥੋਂ ਚੱਕ ਲਿਆ, ਮੈਨੂੰ ਡੱਬਾ ਦੇ ਘੇਰਾ ਦਹੀਂ ਦਹੀਂ ਮੈਂ ਛੇਤੀ ਖਾ ਲਾ। ਖਾ ਲੈ ਭੈਣੇ ਖਾ ਲੈ। ਉਹ ਕਿੱਧਰ ਗਈ? ਉਹ ਤਾਂ ਗੋਹਾ ਪੱਥਣ ਗਈ ਹੈ। ਲੈ 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 ਖਾ ਲੈ ਬਰਫੀ ਖਾ ਲੈ। ਲੈ 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 ਰੱਖੂਗੀ ਖਾ ਲੈ। ਨਾਲੇ ਤਾਂ ਮੈਂ ਹੁਣ ਇਹ ਖਾ ਲੂ, ਨਾਲੇ ਫਿਰ ਮੈਂ ਨਾ ਤੇਰੇ ਨਾਲ ਸਾਰਾ ਢਿੱਡ ਫਰਾਉ। ਅੱਜ ਮੈਂ ਤੈਨੂੰ ਸਾਰੀ ਗੱਲ ਦੱਸ ਘਰ ਭੈਣੇ ਦੇਖ ਸੀ ਤੂੰ ਤਾਂ ਕਹਿੰਦਾ ਬੜਾ ਹੀ ਚੰਗੀ ਦਵਾ ਖਰੀਦਣ ਦਾ ਚੀਜ਼ ਮੈਂ ਤੈਨੂੰ ਐ ਦੱਸਦੀ ਆ, ਜੇ ਤੁਸੀਂ ਖਾਣਾ ਹੋਇਆ ਹੋਰ ਲੈ ਆਓ ਮੇਰੀ ਭੈਣ ਬਣ ਕੇ। ਤੂੰ ਸੋਚੇ ਜੋ ਨਾ ਲੈਂਦੇ ਨਾ ਤੂੰ ਟੈਂਸ਼ਨ ਨਾ ਕਰ। ਆ ਸਾਵੇਂ ਬਸ ਕੋਈ ਸਾਵੇਂ ਹਾਂ ਛੇਤੀ ਸਾਵੇਂ ਪਤਾ ਨਾ ਲੱਗ ਜੇ। ਨੋ ਨੋ ਤੈਨੂੰ ਕਹਿ ਤਾਂ ਦਿੱਤਾ ਵੀ ਜਿਹੋ ਜਿਹਾ ਮਰਜ਼ੀ ਦੁੱਖ ਰਹੋ ਜਿਹੋ ਜਿਹਾ ਮਰਜ਼ੀ ਖਾ ਸਾਡੇ ਘਰੇ ਮੇਰੇ ਕੋਲ ਆ ਕੇ ਮੇਰੇ ਕਮਰੇ 'ਚ ਨਿਗਾਹ ਰੱਖੀ ਕੋਈ ਆ ਨਾ ਜਾਵੇ। ਨਹੀਂ ਨਹੀਂ ਦੇਖਾ ਭਲਾ ਕੋਈ ਨਹੀਂ ਆਉਂਦੀ ਹੈਗੀ। ਮੈਂ ਤਾਂ ਦੁੱਧ 'ਚ ਪੱਤੀ ਪਾ ਲਏ ਤੇਰੇ ਵਾਸਤੇ ਵੀ ਮੈਂ ਰੱਖਿਆ ਜੀ। ਨਾ ਨਾ ਮੈਂ ਤਾਂ ਨਹੀਂ ਪੀਂਦੀ, ਮੈਂ ਹੁਣੀ ਪੀਤੀ ਆ। ਨਹੀਂ ਪੀ ਲੈਂਦੀ ਜੀ ਨਹੀਂ ਕਰਦਾ ਇੰਨੀ ਚਾਹ ਮੈਂ ਤਾਂ ਫਿਰ ਮਰਜ਼ੀ ਆ। ਜਦੋਂ ਫੇਰ ਕਰੀ ਤੂੰ ਫੇਰ ਫੜਾ ਜੀ ਚੰਗਾ ਕੁੜੀ ਆਉਣ ਵੇਲੇ ਕਰਾਂਗੇ। ਮੈਂ ਤਾਂ ਪਈ ਸੀ ਮੈਂ ਕਿਹੜਾ ਕੋਈ ਗੋ। ਇਹ ਤਾਂ ਨਾ ਜਿੱਦਾਂ ਦੇ ਤੁਸੀਂ ਆਏ ਹੋ। ਅੱਛਾ ਮੈਂ ਤਾਂ ਹੁਣ ਆਰਾਮ ਆਇਆ, ਮੇਰਾ ਤਾਂ ਸਾਰਾ ਕੁਝ ਬੰਦ ਕਰ ਰੱਖਿਆ ਸੀ। ਆ ਨਹੀਂ ਖਾਣਾ ਆ ਨਹੀਂ ਖਾਣਾ, ਮੈਂ ਤਾਂ ਅੰਦਰੇ ਬੜੀ ਬੈਠੀ ਰਹਿੰਦੀ ਸੀ। ਕਿਉਂ ਮੈਨੂੰ ਕੀ ਹੋਇਆ ਕੀ ਰੋਗ ਆ ਮੈਨੂੰ? ਕਹਿੰਦੀ ਕਦੇ ਕਹਿੰਦੀ ਤੈਨੂੰ ਤਾਂ ਹੋਇਆ ਆਹ ਥਰਡ ਹੈ, ਕਦੇ ਕਹਿ ਦੂਗੀ ਤੈਨੂੰ ਤਾਂ ਸ਼ੂਗਰ ਹੈ, ਕਦੇ ਕੋਈ ਹੈ। ਲੈ ਤੂੰ ਮੇਰਾ ਦੁਖਦਾ ਕੁਛ ਨਹੀਂ, ਕੁਛ ਨਹੀਂ ਦੁਖਦਾ। ਇਹ ਤਾਂ ਜਾਣ ਕੇ ਬਾਈ ਉੱਤੋਂ ਤਾਂ ਰਹਿੰਦੀ ਮਿੱਠੀ, ਦਿਲ ਕਾਲੇ ਦਿਲ ਕਾਲਾ। ਜਿਹੜੇ ਬੰਦੇ ਦਾ ਦਿਲ ਕਾਲਾ ਹੋਵੇ ਉਹ ਬਿਲਕੁਲ ਹੀ ਬੇਈਮਾਨੀ ਹੁੰਦਾ। ਇਹ ਬੇਈਮਾਨ ਨਾ ਸਾਡੀ ਬਹੂ, ਸਾਡੇ ਮੁੰਡੇ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ। ਹਾਂ ਮੁੰਡਾ ਵੀ ਮਗਰ ਲੱਗ ਜਾਂਦਾ, ਉਹ ਭੋਲਾ ਭੈਣੇ ਮਗਰ ਮਗਰ ਲੱਗ ਜਾਂਦਾ। ਹਾਂ ਮਗਰ ਲੱਗ ਜਾਂਦਾ, ਸਾਰੇ ਦੀ ਗੱਲ ਨਹੀਂ। ਕੋਈ ਚੀਜ਼ ਖਾਣੀ ਮੱਤ ਮਾਰ ਦਿੰਦੇ ਨੇ, ਖਾਣੀ ਨਹੀਂ ਦਿੰਦੀ ਕੋਈ ਚੀਜ਼। ਹੁਣ ਬਗਾਨੀਆਂ ਜਾਈਆਂ ਤੋੜ ਨਾ ਸਕੀਆਂ, ਭਾਈਆਂ ਸਕੇ ਭਾਈਆਂ ਨਾ ਤੋੜ ਦਿੰਦੀਆਂ ਨੇ ਅੰਨੀਆਂ ਜਿਹੀਆਂ ਕਾਲ ਨਾਰਦਾ ਤਾਂ। ਹਾਂ ਕਿਉਂ ਜਚਾਈਆਂ ਜਚ ਜਾਂਦੀਆਂ ਜਚ ਜਾਂਦੀਆਂ ਨੇ। ਬਸ ਮੈਂ ਤੈਨੂੰ ਦੱਸਦਾ ਮੇਰੀ ਗੱਲ ਗਾਹਾਂ ਨਾ ਕਰਿਓ ਕੋਈ ਵੀ ਭੈਣੇ, ਅਸੀਂ ਕਿਤੇ ਕੋਈ ਕਰਨਾ, ਮੇਰਾ ਕਿਤੇ ਸਰੀਕਾ ਕਬੀਲ ਹੈ। ਮੈਂ ਤਾਂ ਦੱਸਦੀ ਹਾਂ ਇਹਨਾਂ ਨੂੰ, ਇਹਨਾਂ ਕੰਨੀਆਂ ਤਾਂ ਮੈਨੂੰ ਸਰਜੂ, ਤੁਹਾਡੇ ਕੰਨੀਆਂ ਨਹੀਂ ਮੈਨੂੰ ਸਰਦਾ। ਠੀਕ ਹੈ, ਹਾਂ ਜਦ ਤੇਰਾ ਐਡਾ ਦਿਲ ਮੇਰੇ ਤੇ ਹੈ, ਦਿਲ ਜੇ ਮੈਨੂੰ ਕੁਝ ਕਹਿਣ ਲੱਗੇ ਨਾ, ਹਾਂ ਮੈਂ ਤਾਂ ਤੁਹਾਡੇ ਨਾਲ ਹੀ ਰਲ ਜੂ। ਬਸ ਵਧੀਆ, ਜੇ ਭੈਣੇ ਤੂੰ ਸਾਡੇ ਨਾਲ ਇੰਨਾ ਰੱਖਦੀ ਹੈ ਅਸੀਂ ਵੀ ਨਹੀਂ ਤਾਂ ਇੱਥੋਂ ਭੱਜਦੇ। ਤੈਨੂੰ ਕਿਸੇ ਚੀਜ਼ ਦੀ ਲੋੜ ਹੈ? 150 ਰੁਪਈਏ ਦੀ ਲੋੜ ਹੈ? ਕਿਸੇ ਚੀਜ਼ ਦੀ ਲੋੜ ਹੈ? ਤੈਨੂੰ ਆਪੇ ਮੇਰੀ ਧੀ ਲਿਆ ਕੇ ਦੇਊਗੀ ਬਸ, ਮੈਂ ਨਾ ਚੰਗੀ ਚੀਜ਼ ਲਿਆਉ। ਤੂੰ ਮੈਂ ਤੈਨੂੰ ਇੱਕ ਗੱਲ ਦੱਸਦੀ ਹਾਂ, ਤੂੰ ਮੇਰੀ ਗੱਲ ਸੁਣ। ਜਿੱਦੇ ਉਹਦੇ ਤੁਸੀਂ ਕਰਾਇਆ ਨਹੀਂ ਫੜਾਇਆ? ਹਾਂ ਹਾਂ ਭੱਜੀ ਗਈ ਉਹਦੀ। ਅੱਛਾ ਹਾਂ ਐਂ ਕਰ ਲਿਆ, ਬਾਹ ਕਰ ਲਿਆ। ਮੈਂ ਕਿਹਾ ਕਿੱਡੀ ਕੁ ਗੱਡੀ ਗੱਲ ਹੈ, ਹਾਂ ਤੁਹਾਡੇ ਕੋਲ ਘੱਟ ਹੈ ਕਾਸੇ ਪੈਸਿਆਂ ਦਾ? ਹੈਂ ਕਦੇ ਪੈਸਾ ਨਹੀਂ ਦੇਖਿਆ ਤੁਸੀਂ? ਉਰੇ ਇੰਨੀ ਤੁਹਾਡੀ ਆਮਦਨ ਆਉਂਦੀ ਹੈ, ਤੂੰ ਮੇਰੀ ਗੱਲ ਸੁਣ। ਬੋਲ ਨਾ ਮਾਰਿਆ ਕਰ, ਸੁਆ ਜਿਹੜੇ ਕਿਰਾਏ ਵਾਲੇ ਤੂੰ ਆਪਦੀ ਜੇਬ 'ਚ ਪਾਇਆ ਕਰ, ਕਿਉਂ ਦਿੰਦੀ ਇਹਨਾਂ ਨੂੰ? ਹੁਣ ਤਾਂ ਮੈਂ ਦਿੰਦੀ, ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ। ਮੈਨੂੰ ਤਾਂ ਐਂ ਰਹਿੰਦਾ ਵੀ ਮੇਰੀ ਮਿੱਠੋ ਹੈ, ਮਿੱਠੋ ਮਾਸੀ ਹੈ। ਨਹੀਂ ਮੈਨੂੰ ਐਂ ਰਹਿੰਦਾ ਵੀ ਮੇਰੀ ਲਾਦ ਕਿੰਨੀ ਸਿਆਣੀ ਹੈ, ਮੇਰਾ ਕਿੰਨਾ ਪਿਆਰ ਕਰਦੇ ਨੇ। ਮੈਨੂੰ ਕੀ ਪਤਾ ਸੀ ਵੀ ਮੈਨੂੰ ਦੱਬ ਕੇ ਰੱਖਦੇ ਨੇ? ਇਹ ਤਾਂ ਤੈਨੂੰ ਦਾਬੂ ਕਰ ਰੱਖਿਆ ਸੀ ਕਮਲੀਏ, ਤੈਨੂੰ ਤਾਂ ਬਸ ਐਂ ਸੀ ਮੰਮੀ ਕਹਿ ਦਿੰਦੇ ਅਸੀਂ ਖੁਸ਼ ਹੋ ਜਾਂਦੀ ਸੀ। ਇਹਨਾਂ ਦਾ ਦਿਲ ਤਾਂ ਫਰੋਲੇ ਹੀ ਨਹੀਂ। ਨਾ ਨਾ ਹੁਣ ਨਹੀਂ, ਹੁਣ ਉਹੀ ਗੱਲ ਅੰਦਰੋਂ ਬਾਹਰ ਨਹੀਂ ਸੀ ਜਾਣ ਦਿੰਦੇ, ਸਾਰ ਦੇ ਨੌਕਰਾਣੀ ਬਣਾ ਰੱਖੀ ਸੀ ਇਹਨਾਂ ਨੇ। ਨਾ ਨਾ ਹੁਣ ਨਹੀਂ, ਨਾ ਚੱਲਿਆ ਕਰ, ਤੈਨੂੰ ਲੋੜ ਨਹੀਂ, ਮੈਂ ਤੇਰੇ ਨਾਲ ਹੈ।
ਤੇਰੀ ਜੋ ਧਰਮ ਦੀ ਭੈਣ ਬਣ ਗਈ ਤੂੰ ਦਿਲ ਵੀ ਫਰੋਲ, ਆਪਾਂ ਆਪ 'ਚ ਦੁੱਖ ਸੁੱਖ ਵੀ ਕਰਾਂਗੇ, ਕੋਈ ਗੱਲ ਨਹੀਂ ਨਾ। ਪਰ ਮੇਰੀ ਨੂੰ ਦਾ ਫਰਕ ਹੈ, ਮੇਰੀ ਨੂੰਹ ਸਿਆਣੀ ਹੈ ਠੀਕ। ਹਾਂ ਨਾ, ਮੇਰੀ ਨੂੰ ਬਹੁਤ ਚੰਗੀ ਹੈ, ਐਵੇਂ ਕਹੀਏ। ਆਹ ਦੇਖ ਛੱਡ ਕੇ ਆ ਗਈ, ਤੜਕੇ ਹੱਥਣੇ ਫੋਨ ਕਰਦੀ ਹੈ, ਪਤਾ ਲੈਂਦੀ ਹੈ ਮੰਮੀ ਜੀ ਲੱਗ ਗਿਆ। ਹਾਂ ਭਾਈ ਮੇਰਾ ਜੀ ਲੱਗ ਗਿਆ। ਜਿਹੜੀ ਤੇਰੀ ਮਾਸੀ ਹੈ ਬਸ ਖੁਦ ਮੇਰੀ ਭੈਣ ਹੀ ਹੈ ਧਰਮ ਦੀ, ਤੇਰੀ ਵੀ ਨਾਲ ਖੈਰ ਸੁੱਖ ਪੁੱਛਦੀ ਹੁੰਦੀ ਹੈ, ਮੈਂ ਕਰਾਊਂ ਗੱਲ, ਬਥੇਰੀ ਚੰਗੀ ਹੈ ਸਾਡੀ ਬਹੂ ਤਾਂ। ਜੇ ਇਸ ਲੋਟ ਹਰੇਕ ਦੀਆਂ ਨੂੰਹਾਂ ਚੰਗੀਆਂ ਹੋਣ ਫਿਰ ਰੱਬ ਨੂੰ ਕੌਣ ਯਾਦ ਕਰੇ? ਯਾਦ ਕਰੇ, ਗੱਲ ਸਹੀ। ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਤੁਹਾਡੇ ਆਇਆਂ ਤੋਂ, ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਸੇ ਗੱਲ ਦਾ। ਫਿਰ ਤੂੰ ਕਿਸੇ ਕੋਲ ਦੁੱਖ ਨਹੀਂ ਫਰੋਲਿਆ, ਕਿਸੇ ਨੇ ਮੂੰਹ ਮੱਥੇ ਨਹੀਂ? ਨਾ ਨਾ ਨਾ, ਮੈਂ ਤੈਨੂੰ ਦੱਸਾਂ, ਮੈਨੂੰ ਇੱਕ ਵਾਰ ਪਿਓਰ ਖਾ ਲੈਣ ਦੇ। ਨਹੀਂ ਡੱਬਾ ਚੱਕ ਨਾ ਲਿਆ ਦਿੰਦੇ, ਦੋ ਖਾ ਇੱਕ ਛੱਡ ਬਾਹਰ ਨਹੀਂ ਬੋਲ ਨਾ ਕਿਤੇ ਆ। ਨਹੀਂ ਨਹੀਂ ਨਹੀਂ, ਕੌਣ ਬੋਲਦੀ, ਦੇਖਦੀ ਹਾਂ ਮੈਂ, ਉਹਨੂੰ ਵੀ ਦੇਖਦੀ ਹਾਂ ਕਿਤੇ ਆ ਵੀ ਨਾ ਜਾਵੇ। ਨਾ ਹਜੇ ਤਾਂ ਕਿਤੇ ਨਹੀਂ, ਉਹਦੀ ਭੈਣੇ ਖਾ ਲੈ ਫੜਾਈ। ਹਾਂ ਖਾ ਲੈ ਖਾ ਲੈ ਖਾ ਲੈ, ਚੱਕ ਖਾ ਲੈ, ਦੋ ਖਾ ਲੈ ਭਾਵੇਂ ਬਹੁਤ ਨਹੀਂ ਤੇਰੇ। ਕਿੰਨੇ ਦਿਨਾਂ ਦਾ ਗੋਹਾ ਇਕੱਠਾ ਹੋ ਰਿਹਾ ਸੀ, ਮਸਾਂ ਵੱਥ ਕੇ ਆਈ ਹਾਂ, ਥੱਕ ਗਈ ਇੱਕ ਗਰਮੀ ਵਾਲੀ ਹੋ ਗਈ। ਹਾਂ ਬੇਬੇ ਚਾਹ ਕਰਕੇ ਪੀ ਵੀ ਗਈ? ਲੈ ਮੈਨੂੰ ਰੱਖੀ ਨਹੀਂ। ਬੇਬੇ ਬੇਬੇ ਕਿੱਧਰ ਗਈ? ਦੇਖ ਇੱਧਰ ਨਾ ਆਂਟੀ ਗੋਲੀ ਬੈਠੀ ਹੋਵੇ। ਬੇਬੇ ਕੀ ਖਾਧਾ, ਕੀ ਖਾਧਾ ਬੇਬੇ? ਜੀ ਕੁਛ ਨਹੀਂ ਆ ਲੈ, ਚਲ ਆ ਚੱਲੀ ਮੜੇ, ਖੜੀ ਹੋਆ ਦਿਖਾ ਦੇਖਾ ਕੀ ਹੈ, ਕੀ ਹੈ? ਹਾਏ ਬੇਬੇ ਬਰਫੀ, ਇਹ ਕਿਹਨੇ ਲਿਆ ਕੇ ਦਿੱਤੀ ਆਂਟੀ? ਤੁਸੀਂ ਲਿਆ ਕੇ ਦਿੱਤੀ ਹੈ? ਨਾ ਨਾ, ਅਸੀਂ ਕਿਹਨੇ ਹੁਣ ਨਹੀਂ ਜਾਂਦੇ, ਤੂੰ ਚੱਲ ਖੜੀ ਹੋ ਬੇਬੇ। ਦਰਦੀ ਕਿਉਂ, ਤੂੰ ਕਦੇ ਲਿਆ ਕੇ ਦਿੱਤੀ ਹੈ? ਨਹੀਂ ਬੇਬੇ, ਸ਼ੂਗਰ ਤਾਂ ਤੈਨੂੰ ਇੰਨਾ ਹੋਇਆ ਪਿਆਗਾ, ਡੱਬਾ ਕਿੱਥੋਂ ਚੱਕ ਲਿਆ? ਆਂਟੀ ਤੁਹਾਡਾ ਡੱਬਾ ਕਿਹੜੇ ਵੇਲੇ ਤੁਹਾਡਾ ਪੈਰ ਸਾਡੇ ਘਰੇ ਪੈ ਗਿਆ? ਤੁਸੀਂ ਤਾਂ ਸਾਨੂੰ ਜਾੜੋਗੀ ਆ, ਕਿਉਂ ਸਾਡੀ ਬੇਬੇ ਨੂੰ ਪੱਟੀ ਜਾਂਦੀ ਹੋ? ਕਿਉਂ ਮਾਰਨੇ ਤਾਂ ਸ਼ੂਗਰ ਦੀ ਖਾਧੀ ਪਈ ਆ? ਹਾਂ ਪਤਾ ਨੀ ਕਿੱਦੇ, ਅਸੀਂ ਤਾਂ ਉਹੀ ਮਾਰ ਕੇ, ਸਾਨੂੰ ਤਾਂ ਦੁਪਹਿਰੀ ਹੈ ਨਾ, ਸਾਡੀ ਕੁਛ ਲੱਗਦੀ ਨੀ। ਕਿਵੇਂ ਬੁੜਬੁੜ ਕਰਦੀ ਆ, ਕਿਵੇਂ ਆਈ ਹੈ, ਚੜ੍ਹੀ ਚੜ੍ਹਾਈ ਕੀ ਕਰ ਦੇਗੀ ਤੂੰ? ਮੇਰਾ ਪੰਚਰ ਲਾਇਆ ਪਰਮਜੀਤ ਦਾ, ਮੁੜ ਕੇ ਲੀਕ ਨਹੀਂ ਹੋਊਗਾ, ਬਾਹ ਨਹੀਂ ਤੇਰੇ ਆ ਗਈ ਹੁਣ, ਮੇਰੇ ਬੱਸ 'ਚ ਆ ਗਈ ਹੁਣ, ਗੁੱਲੀ ਦਾਣ ਪਈ ਹੈ, ਇੱਦੂ ਪਹਿਲਾਂ ਨਹੀਂ ਸੀ ਪਈ, ਦੇਖੀ ਸਹੀ ਕੇਰਾਂ ਕੱਢ ਦੂੰ ਚਿੜਫੁੰਡੀਆਂ ਇਹਨਾਂ ਦੀਆਂ, ਹੁਣ ਤਾਂ ਲਾ ਲਈ ਲਵੇ, ਜੇ ਸਮਾਰ ਕੇ ਨਾ ਗੁੱਲੀ ਦਾਣ ਪਾ ਕੇ ਗਈ ਫਿਰ ਪਛਤਾਉਣਗੇ। ਕੁਤਰ ਕੁਤਰ ਬੋਲਦੀ ਹੈ ਚਾਮ ਚਿੜਕ ਜੀ, ਕੀ ਕਰ ਦੇਂਗੀ ਤੂੰ ਸਾਡਾ? ਕੋਈ ਨਹੀਂ, ਤੂੰ ਕੀ ਸਰਦਨ ਘਰੀ ਰਹੇਗੀ? ਹਾਂ ਫਿਰ ਸਹੀ, ਕਿਵੇਂ ਜਿਵੇਂ ਜਵਾਕ ਨੂੰ ਬਾਂਹ ਫੜ ਕੇ ਲਿਆਉਂਦੇ ਹੁੰਦੇ ਨੇ, ਤੂੰ ਮੈਨੂੰ ਉਹ ਬੁੜੀ ਕੋਲੋਂ ਐਂ ਖਿੱਚ ਕੇ ਲਿਆਈ, ਤੈਨੂੰ ਸ਼ਰਮ ਨਹੀਂ ਆਈ ਹੈਗੀ? ਹੋਰ ਬੇਬੇ ਤੇਰੀ ਸ਼ੂਗਰ ਤਾਂ ਵਧੀ ਪਈ ਸੀ, ਤੂੰ ਤਾਂ ਉੱਥੇ ਬੈਠੀ ਬਰਫੀਆਂ ਖਾਈ ਜਾਂਦੇ ਆ, ਉੱਤੋਂ ਫਿਰ ਅਸੀਂ ਵਧੀਨ ਹੁੰਦੇ ਫਿਰੀ ਜਾਂਦੇ ਦੋਨੇ ਜੀ। ਫਿਰੀ ਜਾਂਦੇ ਹੋ ਵਧੀਨ ਹੁੰਦੇ, ਉੱਦਾਂ ਦੀ ਉੱਦਾਂ ਜਿੱਦਾਂ ਮੈਂ ਕਿਹਾ, ਮੈਂ ਕਿਹਾ ਮੈਨੂੰ ਸੂਟ ਲਿਆ ਦੇ, ਉੱਦਾਂ ਦੀ ਉੱਦਾਂ ਜਵਾਬ ਦੇ ਤਾ ਉਹਦੇ ਹੁੰਦੇ, ਹੈਂ ਦੋ ਤਿੰਨ ਹੇਲੇ ਕਰ ਲਏ ਤੁਸੀਂ ਉਹਦੇ ਹੁੰਦੇ, ਉਹ ਨਹੀਂ ਕਿਤੇ ਜਾਂਦੀ, ਉਹ ਤਾਂ ਉਰੀ ਰਹੂਗੀ, ਤੁਸੀਂ ਹਟਦੀ ਨਹੀਂ ਹੈਗੇ ਉਹਨੂੰ ਕੁਛ ਕੁਛ ਕਹਿਣੋ। ਅੱਛਾ ਬੇਬੇ ਤੂੰ ਗੱਲਾਂ ਦਿਲ 'ਚ ਰੱਖ ਰੱਖੀਆਂ ਨੇ, ਦਿਲ 'ਚ ਰੱਖਾਂ ਨਾ, ਇਹ ਤਾਂ ਗੱਲਾਂ ਆਪਣੇ ਘਰਾਂ 'ਚ ਆਮ ਹੀ ਹੁੰਦੀਆਂ ਨੇ, ਮੈਂ ਕਿਹੜੀ ਗੱਲ ਹੈ ਇਹ? ਦਿਲ 'ਚ ਤਾਂ ਤੂੰ ਤਾਂ ਰੱਖਦੀ ਜੀ, ਮੈਂ ਸੂਟ ਲਿਆ ਕੇ ਪਾ ਲੈਂਦੀ ਤੈਨੂੰ, ਲਿਆ ਕੇ ਨਾ ਦਿੱਤਾ ਹੁੰਦਾ। ਉਦਾਂ ਦੀ ਉਦਾਂ, ਉਹ ਤਾਂ ਵਿਚਾਰੀ ਪਹਿਲੇ ਪਹਿਲੇ ਦਿਨ ਆਈ ਸੀ, ਮੈਂ ਕਹਤਾ ਵੀ ਚੱਲ ਮੈਂ ਸੂਟ ਲਿਆਵਾਂ, ਇੱਕ ਲਿਆਵਾਂ, ਦੋ ਨਹੀਂ ਲਿਆਉਣੇ, ਚੱਲ ਇੱਕ ਲਿਆਉਂਗੀ, ਉਦਾਂ ਦੀ ਉਦਾਂ ਉਹਦੇ ਹੁੰਦੇ ਮੇਰੀ ਫੂਕ ਜੀ ਕੱਢਤੀ, ਕਿਰਾਏ ਵਾਲੇ ਦਿਨ ਤਾਂ ਭੱਜੀ ਫਿਰਦੀ ਸੀ, ਹੈਂ ਅੱਜ ਫਿਰ ਉਹਦੇ ਕੋਲੋਂ ਮੈਨੂੰ ਜਵਾਕਾਂ ਵਾਂਗੂ ਖਿੱਚ ਲਿਆਈ, ਕਿਉਂ ਮੈਂ ਬੋਲੀ ਹਾਂ? ਬੇਬੇ ਅਸੀਂ ਕਿਹੜਾ ਤੇਰੇ ਦੁਸ਼ਮਣ ਆ, ਅਸੀਂ ਤਾਂ ਤੇਰੀ ਜਾਨ ਦੀ ਪਰਵਾਹ ਕਰਦੇ ਆ। ਨਾ ਮੈਨੂੰ ਤਾਂ ਲੋੜ ਨਹੀਂ ਹੈਗੀ ਜੀ ਜਾਨ ਜੂਨ ਦੀ। ਕੀ ਅੱਜ ਵਰਖ ਹੈ? ਕਿਵੇਂ ਸੰਗਤ ਸਾਰੇ ਰੱਖੇ ਨੇ? ਸਿੰਘ ਤਾਂ ਕੁਛ ਨਹੀਂ, ਮੈਂ ਦੱਸਦੀ ਹਾਂ ਤੈਨੂੰ ਗੱਲ, ਕੋਈ ਗੱਲ ਨਹੀਂ, ਸਾਰਾ ਦਿਨ ਜਿੱਦਾਂ ਹੀ ਕਰੀ ਜਾਂਦੀ ਹੈ ਵੀਰਪਾਲ,
ਬੇਬੇ ਨੂੰ ਕੀ ਪੁੱਛਦੇ ਮੈਨੂੰ ਪੁੱਛੋ, ਉੱਥੇ ਆਂਟੀ ਵਾਲੇ ਕਮਰੇ 'ਚ ਤਾਂ ਰੱਖਿਆ ਡੱਬਾ, ਬੇਬੇ ਉੱਥੇ ਬੈਠੀ ਬਰਫੀ ਖਾਈ ਜਾਂਦੀ ਹੈ ਚੋਰੀ ਚੋਰੀ। ਬੇਬੇ ਤੂੰ ਮਾੜਾ ਮੋਟਾ ਦੇਖ ਲਾ, ਤੂੰ ਇਕੱਲਾ ਹੈਗਾ, ਮੈਂ ਮੂਹਰੇ ਹਾੜੀ ਆ ਗਈ, ਸ਼ੂਗਰ ਦੀ ਮਰੀਜ਼ ਆ ਤੂੰ, ਮੈਂ ਕਿੱਧਰ ਕਿੱਧਰ ਹੋਊਂਗਾ। ਮੇਰੀ ਗੱਲ ਸੁਣ, ਮੈਂ ਤਾਂ ਨਾ ਚਾਹ ਪੀ ਜਾਂਦੀ ਤੀ, ਵੀਰਪਾਲ ਗੋਆ ਪੱਥਣ ਗਈ ਤੀ, ਤੂੰ ਮਾਨਸਾ ਵਗ ਗਿਆ, ਮੈਂ ਆਖਿਆ ਚੱਲ ਮੈਂ ਇਕੱਲੀ ਜੀ ਬੈਠੀ ਹਾਂ, ਮੈਂ ਆਪਦੀ ਆਪਦੀ ਚਾਹ ਲੈ ਕੇ ਉੱਧਰ ਵਗ ਗਈ ਹੈਂ। ਅੱਛਾ, ਅਤੇ ਉਹ ਉਈਆਂ ਜਿਹੀਆਂ ਬਰਫੀਆਂ ਨਹੀਂ ਖਾਂਦੇ ਉਹ, ਜਿਹੋ ਜਿਹੀ ਆਪਾਂ ਲਿਆਉਂਦੇ ਹੁੰਦੇ ਹਾਂ ਮਿੱਠੇ ਵਾਲੀ, ਨਾ ਨਾ ਉਹ ਤਾਂ ਜਮੀ ਪਿੱਕੀ ਤੀ। ਮੈਨੂੰ ਕਹਿੰਦੀ ਵੀ ਲੈ ਚੱਲ ਮਾੜੀ ਜਿਹੀ ਲੈ ਲੈ, ਮੈਂ ਮਾੜੀ ਜਿਹੀ ਮੂੰਹ 'ਚ ਪਾ ਲਈ, ਉਹਦੇ ਸਾਹਮਣੇ ਮੈਨੂੰ ਖਿੱਚ ਕੇ ਲਿਆਈ ਹੈ ਫੜ ਕੇ ਬਾਂਹ ਜਵਾਕਾਂ ਵਾਂਗੂ। ਬੇਬੇ ਉਹ ਵੀ ਮਰੀ ਜਾਂਦੀ ਆ, ਬਰਫੀ ਫਿੱਕੀ ਹੁੰਦੀ ਆ, ਉਹੀ ਨਾ ਬੁੱਧੂ ਬਣਾ ਦੂੰ। ਉਹ ਤਾਂ ਬਾਲਾ ਸੋਹਣਾ ਖਾਣਾ ਖਾਂਦੇ ਹੁੰਦੇ ਨੇ, ਇਹੋ ਜਿਹਾ ਨਹੀਂ ਖਾਂਦੇ ਉਹ। ਤੂੰ ਰਹਿਣ ਦੇ ਖਾਇਆ ਨਾ ਕਰ ਬਸ, ਲੈ ਖਾਇਆ ਨਾ ਕਰ, ਹਰੇ ਗੱਲ ਨੂੰ ਕਹਿ ਦਿੰਦੇ ਖਾਇਆ। ਬੇਬੇ ਮੇਰੀ ਮਾਸੀ ਨੂੰ ਤੀ ਸ਼ੂਗਰ, ਰਾਤ ਨੂੰ ਸੁੱਤੀ ਪਈ ਰਹਿ ਗਈ, ਪਤਾ ਵੀ ਨਹੀਂ ਲੱਗਿਆ ਇੰਨਾ ਵੱਧ ਗਿਆ, ਮਿੱਠਾ ਨਹੀਂ ਛੱਡਿਆ ਸੀ ਉਹਨੇ, ਅਸੀਂ ਤਾਂ ਐਂ ਡਰਦੇ ਤੈਨੂੰ ਕੁਛ ਹੋ ਗਿਆ ਸਾਡਾ ਕੀ ਬਣੂਗਾ, ਅਸੀਂ ਕੀ ਕਰਾਂਗੇ ਇਕੱਲੇ। ਬੇਬੇ ਤੈਨੂੰ ਮਹੀਨਾ ਹੋ ਗਿਆ, ਪਹਿਲਾਂ ਸਾਡੀ ਗੱਲ ਤੂੰ ਮੰਨ ਲੈਂਦੀ ਸੀ ਉਹਦੀ, ਹੁਣ ਤੈਨੂੰ ਕੀ ਹੋਇਆ ਹੈਗਾ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਜਿਹੜੀ ਅੰਦਰ ਬੈਠੀ ਹੈ ਨਾ ਕਿਰਾਏ ਵਾਲੀ ਆਂਟੀ, ਸਾਰਾ ਕਸੂਰ ਹੀ ਉਹਦਾ, ਉਹ ਕਰਦੀ ਹੈ ਜਿੰਨਾ ਕੁਛ ਕਰਦੀ ਹੈ, ਮੇਰੀ ਮਨ ਤੇ ਤੁਹਾਨੂੰ ਹੁਣੀ ਕੱਢੋ ਬਾਰੇ ਕੱਢਦਾ ਹੁਣ। ਲੈ ਕਿਉਂ ਕੱਢਦਾ, ਉਹਨਾਂ ਕਰਕੇ ਕਲੇਸ਼ ਪੈਂਦਾ ਆਪਣੇ, ਕਿਉਂ ਕਾ ਤੋਂ ਬਣਿਆ ਸਪੈਂਦਾ, ਕੀ ਕਹਿੰਦੀਆਂ ਨੇ ਉਹ ਤੈਨੂੰ, ਉਹੀ ਦਿੰਦੀਆਂ ਨੇ ਕਦੇ ਕਿਰਾਇਆ ਤੇਰੇ ਹੱਥ 'ਚ ਫੜਾਉਂਦੀਆਂ ਨੇ ਪੈਸੇ, ਕਦੇ ਤੈਨੂੰ ਮਿੱਠਾ ਲੈ ਲੈ ਦਿੰਦੀਆਂ ਨੇ ਖਬਰਾਂ ਚੋਰੀ ਚੋਰੀ, ਪਹਿਲਾਂ ਤਾਂ ਬੇਬੇ ਤੈਨੂੰ ਕੀ ਖਵਾਇਆ ਉਹਨਾਂ ਨੇ, ਤੈਨੂੰ ਤਾਂ ਸ਼ੂਗਰ ਇੰਨੀ ਵਧੀਆ ਹੀ ਸੀ। ਨਾ ਮੈਂ ਨਹੀਂ ਜਾਣ ਦਿੰਦੀ ਹੈਗੀ, ਉਹਨਾਂ ਨੂੰ ਨਹੀਂ ਕੁਛ ਕਹਿਣਾ ਹੈਗਾ। ਮੁੰਡਿਆ ਤੇਰੀ ਮਾਸੀ ਹੈ, ਜੇ ਮੇਰੇ ਸਕੀ ਭੈਣ ਤਾਂ ਨਹੀਂ ਹੈਗੀ, ਮੈਂ ਉਹਦੇ ਨਾਲ ਢਿੱਡ ਤਾਂ ਫਰੋਲ ਲੈਂਦੀ ਹਾਂ, ਸਾਰਾ ਦੁੱਖ ਸੁੱਖ ਸਾਂਝਾ ਕਰ ਲੈਂਦੀ ਹਾਂ। ਬੇਬੇ ਢਿੱਡ ਫਰੋਲਣ ਨਾ ਕਹਿ, ਚੁਗਲੀਆਂ ਕਹਿ ਇਹਨਾਂ ਨੂੰ, ਚੁਗਲੀਆਂ ਕਰਦੇ, ਉਹ ਤੇਰੇ ਨਾਲ ਬਹੁਤ ਹੁਸ਼ਿਆਰ ਹੈ, ਉਹ ਤਾਂ ਅੱਖਾਂ ਨਾਲ ਹੀ ਗੱਲਾਂ ਭੋਰਦੀ ਹੈ, ਉਹਦੇ ਕਲੇਸ਼ ਪਿਆ ਆਪਣੇ ਘਰੇ, ਅੱਖਾਂ ਨਾਲ ਹੀ ਮਿਰਚਾਂ ਭੋਰਦੀ ਹੈ ਤਾਂ। ਲੈ ਮੈਂ ਕਲੇਸ਼ ਕਾਹਦੇ ਵਾਸਤੇ ਪਾਇਆ ਹੈ, ਮੈਨੂੰ ਸਮਝ ਨਹੀਂ ਆਉਂਦੀ, ਤੁਸੀਂ ਕਿਉਂ ਨਹੀਂ ਮੈਨੂੰ। ਬੇਬੇ ਪਹਿਲਾਂ ਤੂੰ ਜਿੱਦ ਨਹੀਂ ਕਰਦੀ ਤੇ ਹੁਣ ਜਿੱਦ ਵਾਲੀ ਕਰਨ ਲੱਗ ਗਈ ਤੂੰ। ਸਾਡੀ ਗੱਲ ਮੰਨ ਲੈ ਕਰ, ਅਸੀਂ ਕੁਛ ਨਹੀਂ ਕਹਿੰਦੇ, ਪਰ ਜੇ ਹੁਣ ਇੱਦਾਂ ਉੜ ਕੇ ਕਲੇਸ਼ ਪਏ ਆਪਣੇ ਘਰੇ, ਆਹ ਮੁੰਡਾ ਉਹਨਾਂ ਦੇ ਗਿੱਟਾਂ 'ਚ ਜਾਊਗਾ ਫਿਰ। ਹਜੇ ਤਾਂ ਮੇਰੀ ਇੱਕ ਗੱਲ ਹੋਰ ਸੁਣ ਲਓ, ਸੂਟ ਵਾਲੀ ਗੱਲ, ਉਹਦੇ ਸੂਟਾਂ ਨੂੰ ਨਹੀਂ ਜਵਾਬ ਦਿੱਤਾ, ਉਹ ਵੀ ਦਿਲ 'ਚ ਰੱਖੀ ਬੈਠੀ ਹੈ ਬੇਬੇ। ਹੈ ਬੇਬੇ, ਉਵੇਂ ਮਾਰੀ ਜਾਂਦੇ ਤੂੰ, ਇਸੇ ਦਿਨ ਸੁਣੀ ਜਾਂਦਾ ਸਾਰਾ ਦਿਨ। ਆ ਬੇਬੇ ਕਿਹਾ ਨਹੀਂ ਸੀ ਇਦੂ ਪਹਿਲਾਂ ਹੋ ਕੇ ਤਾਂ ਹਟੀਏ ਸੂਟ ਵਾਲੀ ਗੱਲ, ਫੇਰ ਹੋ ਕੇ ਹਟੀਏ। ਚੱਲ ਭਰਾ ਮੈਥੋਂ ਨਹੀਂ ਜਿੱਤਾ ਜਾਂਦਾ, ਤੁਹਾਡੇ ਨਾਲ ਤਾਂ ਕੰਮ ਕਰ ਲਿਓ, ਜਾ ਕੇ ਜਾ ਖੜਾ ਹੋ ਜਾ। ਉਹ ਇਹਨੂੰ ਟਿਕ ਦੇਗਾ ਸਾਰਾ ਦਿਨ, ਉਹਨੂੰ ਚੱਕੀ ਜਾਂਦੀ ਆ ਮੁੰਡੇ ਨੂੰ। ਚੱਕਣ ਵਾਲੀ ਗੱਲ ਨਹੀਂ ਬੇਬੇ, ਇੰਨੀਆਂ ਚੰਗੀਆਂ ਨੇ ਵਿਚਾਰੀਆਂ। ਭੈਣ ਜੀ ਅੱਖ ਜੀ ਲੱਗ ਗਈ ਸੀ, ਗੋਲੀਆਂ ਜੀਆਂ ਲਈਆਂ ਸੀ। ਅੱਛਾ, ਹਾਂ ਹੋਰ ਤਾਂ ਨਸ਼ਾ ਹੁੰਦਾ ਬਾਈ ਜੀ, ਕਿੱਧਰ ਗਏ ਹੁਣ ਤੈਨੂੰ? ਉੱਥੇ ਹੋਣੀ ਕਿੱਧਰੇ, ਮੈਨੂੰ ਤਾਂ ਨਹੀਂ ਪਤਾ, ਅੰਦਰ ਤਾਂ ਹੈ ਨਹੀਂ, ਮੈਂ ਆਈ ਹਾਂ ਉੱਧਰ ਦੀ। ਅੱਛਾ, ਹਾਂ ਮੈਂ ਤੈਨੂੰ ਦੱਸ ਦਿਆਂ ਗੱਲ ਵੀ ਬਾਈ, ਸਾਡੀ ਵੀ ਤਾਂ ਕੋਈ ਇੱਜ਼ਤ ਹੈ, ਕਿੱਡੀ ਬੇਇੱਜ਼ਤੀ ਕਰੀ ਤੇਰੀ ਨੂੰਹ ਨੇ। ਕਦੋਂ? ਤੁਸੀਂ ਤਾਂ ਮੂਹਰੇ ਆ ਗਏ, ਤੁਹਾਨੂੰ ਤਾਂ ਤੋਰਤਾ ਮੂਹਰੇ, ਬਹੁਤ ਕੁਛ ਬੋਲੀ। ਅੱਛਾ, ਹਾਂ ਕਹਿੰਦੀ ਤੂੰ ਤਾਂ ਪੱਟੀ ਵੇਸ ਕਰਤੀ ਸਾਡੀ ਬੁੜੀ ਦੀ, ਜਿੱਦੇ ਦੀ ਆਈ, ਅਸੀਂ ਤਾਂ ਭੈਣੇ ਅੱਜ ਜਾਵਾਂਗੇ, ਆ ਜਾਂਦੇ ਗੁੱਡੀਆਂ ਨੂੰ, ਫਿਰ ਅਸੀਂ ਜਾਵਾਂਗੇ, ਰਹਿੰਦੇ ਨੇ। ਨਾ ਨਾ ਮੈਂ ਨਹੀਂ ਤੁਹਾਨੂੰ ਜਾਣ ਦਿੰਦੀ। ਨਹੀਂ ਨਹੀਂ ਨਾ ਭੈਣ, ਜੇ ਵੇਚਤੀ ਫਿਰ ਕੁਛ ਕਹੂਗੀ, ਫਿਰ ਕੋਈ ਫਾਇਦਾ ਨਿਕਲੂਗਾ ਨਾ, ਇਹ ਤੇਰੇ ਨਾਲ ਬੁਰੀ ਬਣਾਊ। ਐਂ ਕਾਹਤੋਂ ਕਹਿ ਦੂਗੀ ਨਾ, ਜਦੋਂ ਮੈਨੂੰ ਚਾਰ ਕੇ ਭੈਣਾ ਭੈਣਾ ਬਣੀਆਂ ਹੋਈਆਂ ਨਾ, ਮੈਂ ਜਾਣੀ ਭੈਣਾ ਬਣੀਆਂ, ਉਹਨੂੰ ਭੈਣਾ ਬਾਰੇ ਪਤਾ ਹੀ ਨਹੀਂ, ਉਹਨੂੰ ਤਾਂ ਕਲੇਸ਼ ਬਾਰੇ ਪਤਾ ਹੈ ਵੀ ਐਂ ਕਰਦੇ ਹੁੰਦੇ ਨੇ, ਉਹ ਗੱਲਾਂ ਦਾ ਪਤਾ, ਭੈਣਾ ਬਾਰੇ ਨਹੀਂ ਪਤਾ। ਆਪਾਂ ਤਾਂ ਮਾਰ ਰਹੀਆਂ, ਆਪਣੇ ਤਾਂ ਕੋਈ ਖਾਰ ਨਹੀਂ, ਆਪਣੇ ਤਾਂ ਵਧੀਆ ਦਿਲ ਮਿਲੇ ਨੇ। ਉਹ ਔਖੀ ਹੁੰਦੀ ਹੈ, ਕਹਿੰਦੀ ਤੂੰ ਤਾਂ ਸਾਡੀ ਬੁੜੀ 'ਤੇ ਵੀ ਜੱਖਣਾ ਖੋਤੀ, ਜਿੱਦੇ ਦੇ ਸਾਡੀ ਬੁੜੀ ਪੱਟਤੀ, ਸਾਡਾ ਘਰ ਖਰਾਬ ਕਰਤਾ, ਬੰਨੇ ਮੂਹਰੇ ਹੱਥ ਬਾਗ ਜੋ। ਨਾ ਨਾ ਜਾਣਾ ਨਹੀਂ ਹੈਗਾ, ਮੇਰਾ ਮੁੰਡਾ ਨਹੀਂ ਕੁਛ ਕਹਿੰਦਾ ਤੈਨੂੰ। ਮੁੰਡਾ ਵੀ ਉਹਦੇ ਮਗਰ ਲੱਗੂ ਭੈਣੇ, ਕਿਸੇ ਦਿਨ ਨੂੰ ਉਹ ਕਹਿੰਦੀ ਨਾ ਮੇਰੀ ਗੱਲ ਸੁਣ,
ਕਹਿੰਦੇ ਤੁਸੀਂ ਜਿੱਦੇ ਦਾ ਮੇਰੇ ਵਿਹੜੇ 'ਚ ਕਹਿੰਦੀ ਪੈਰ ਪਾਇਆ ਉੱਦੇ ਦਾ ਕਹਿੰਦੀ ਸਾਡੇ ਤਾਂ ਸੁਣਾ ਖਰਾਬ ਕਰਤਾ ਮੇਰੀ ਗੱਲ ਸੁਣੀ ਹਾਂ ਮੈਂ ਮੁੰਡੇ ਨੂੰ ਅਤੇ ਬਹੂ ਨੂੰ ਬਿਠਾ ਕੇ ਨਾ ਤਾੜਤਾ ਪੂਰਾ ਕਿਤੇ ਨਹੀਂ ਜਾਣਾ ਐਂ ਪੜ੍ਹਿਆ ਆਪਦਾ ਘਰ ਹੀ ਚੰਗਾ ਸੀ ਹੋਰ ਕਿਸੇ ਦਾ ਹੋਰ ਪੁੱਛ ਲੈਂਦੇ ਕਿਰਾਏ 'ਤੇ ਨਾ 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 ਮੈਂ ਕਿਸੇ ਦਾ ਲੈਣੀ ਨਹੀਂ ਦਿੰਦੀ ਮੈਂ ਆਪਦੇ ਕੋਲ ਰੱਖੂ ਅੱਜ ਤਾਂ ਉਹੀ ਗੱਲ ਵੀ ਮੇਰਾ ਮੂਡ ਖਰਾਬ ਕਰਤਾ ਉਹਨੇ ਤੜਕੀ ਤੜਕੇ ਓ ਹੋ ਹੋ ਕੁਛ ਨਹੀਂ ਹੁੰਦਾ ਬੋਲੀ ਜਾਣਾ ਊਂ ਖਾਣ ਪੀਣ ਨੂੰ ਤੂੰ ਦੱਸਦਾ ਕਰ ਲਿਆ ਦਿਆ ਕਰਾਂਗੇ ਸੀ ਹਾਂ ਮੈਂ ਤਾਂ ਮੰਗਾਊਂਗੀ ਤੁਹਾਡੇ ਤੋਂ ਬਸ ਫਿਰ ਹਾਂ ਇਹਨਾਂ ਦਾ ਕਦੇ ਫੇਰ ਖਾਂਦੀ ਦੇ ਉੱਤੇ ਵਗ ਜੂ ਤੇਰੇ ਫੇਰ ਕੋ ਸਮਾਨ ਪਊ ਨਹੀਂ ਖਾਂਦੀ ਤੇ ਮੈਂ ਰਾਤ ਨੂੰ ਗਮਾਂਡ ਇਕੱਠਾ ਕਰ ਲਿਆ ਅਗਲਾ ਕਹਿੰਦਾ ਉਹ ਵੀ ਕਈਆਂ ਜੀ ਇਹਨਾਂ ਦੇ ਕਿਰਾਏਦਾਰ ਨੀਆਂ ਨਾ 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 ਅਸੀਂ ਵੀ ਉਹੀ ਗੱਲ ਇੱਜ਼ਤ ਤਰਾਉਣੇ ਭੈਣੇ ਮੈਂ ਕਿਸੇ ਨੂੰ ਕਿਰਾਏਦਾਰ ਨੀਆਂ ਨਹੀਂ ਦੱਸਦੀ ਹੁੰਦੀ ਮੈਂ ਤਾਂ ਐਂ ਕਹਿੰਦੀ ਹੁੰਦੀ ਹਾਂ ਇਹ ਮੇਰੀ ਭੈਣ ਹੈ ਉਹ ਮੇਰੀ ਭਾਣ ਜੀ ਹੈ ਇਹ ਕਹੂ ਨਾ ਇਹ ਖੱਜਲ ਖਰਾਬ ਕਰੂ ਭੈਣੇ ਸਾਨੂੰ ਬੈਠੀਆਂ ਨੂੰ ਮਾਮਾ ਧੀਆਂ ਨੂੰ ਕਹੀਂ ਜਾਣ ਦੇ ਬੋਲਣਾ ਕੁਛ ਨਹੀਂ ਹੁੰਦਾ ਸਾਰਾ ਕੁਛ ਮੇਰੇ ਕੋਲੇ ਹੈ ਨਾ ਮੈਂ ਤਾਂ ਆਪਦੀ ਤਿਆਰੀ ਕਰ ਰੱਖੀ ਸੀ ਮੈਂ ਕਿਹਾ ਆ ਜਾਂਦੇ ਮੈਂ ਗੁੜੀਆ ਨਾਲ ਫੋਨ 'ਤੇ ਗੱਲ ਕਰ ਲਈ ਨਾ 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 ਉਹ ਕਹਿੰਦੀ ਕੋਈ ਨਹੀਂ ਮਾਤਾ ਆਪਾਂ ਵਗ ਚੱਲਾਂਗੇ ਆਪਣਾ ਇੱਥੇ ਕੀ ਕਿਸੇ ਦੇ ਹੋਰ ਬਹਿ ਜਾਂਗੇ ਨਹੀਂ ਐਵੇਂ ਬੈਠ ਜਾਓਗੇ ਤੁਸੀਂ ਜਦੋਂ ਮੈਂ ਤੁਹਾਨੂੰ ਆਪਦੇ ਕੋਲੇ ਰੱਖੂੰਗੀ ਇਹਨਾਂ ਦੀ ਕੀ ਤਾਕਤ ਹੈ ਭੈੜੀ ਹੈ ਭੈਣੇ ਤੇਰੀ ਨੂੰ ਹੋ ਹੀ ਜਾਵੇ ਭੈੜੀ ਫਿਰ ਆਪਣਾ ਹੀ ਕਰ ਲੂਗੀ ਪੈ ਗਈ ਬੇਬੇ ਹਾਂ ਬੇਟੇ ਪੈ ਗਈ ਮੈਂ ਇੱਥੋਂ ਨੇ ਰੋਜ਼ ਬੱਸਾਂ 'ਚ ਧੱਕੇ ਖਾਧੇ ਜਾਂਦੇ ਹੈਗੇ ਕੀ ਗੱਲ ਛੇਤੀ ਹੱਲ ਕਰ ਕੋਈ ਕੀ ਗੱਲ ਹੁਣ ਤੈਨੂੰ ਪਤਾ ਹੀ ਹੈ ਹੋ ਜੂ ਹੱਲ ਤਾਂ ਬਥੇਰਾ ਹੋ ਜੂ ਬਾਈ ਜਾ ਇੱਧਰ ਸੂ ਧੋ ਕੇ ਬੈਠ ਮੇਰੇ ਕੰਨੀ ਇੱਧਰ ਹੱਲ ਤਾਂ ਹੋ ਜੂਗਾ ਹੱਲ ਤਾਂ ਥੋੜ੍ਹੇ ਦਿਨਾਂ 'ਚ ਹੀ ਹੋ ਜੂ ਹੁਣ ਆਪਣਾ ਕਿਵੇਂ ਐਡੀ ਗਰੰਟ ਲਈ ਆ ਗਿਆ ਤੈਨੂੰ ਦੇਵਾਂ ਨਜ਼ਾਰਾ ਗੱਲ ਦਾ ਅੱਜ ਉਹ ਤਾਂ ਖਾਣ ਲੱਗ ਗਈ ਬਰਫੀ ਆ ਕੇ ਉੱਧਰ ਨੂੰਹ ਆ ਗਈ ਮੈਂ ਕਿਹਾ ਉਹ ਕਿੱਥੇ ਆ ਕਹਿੰਦੀ ਗੋਹਾ ਸਿੱਟਣ ਗਈ ਉੱਧਰ ਬਾੜੇ 'ਚ ਗੋਹਾ ਗੋਹਾ ਪੱਥਣ ਗਈ ਹੈ ਆ ਗਈ ਭੈਣੇ ਉੱਤੋਂ ਫੜ ਲਈ ਆ ਕੇ ਅੱਛਾ ਪੂਰੀ ਭੈਣੇ ਚੱਲੀਆਂ ਸੱਸ ਨੂੰ ਤੈਨੂੰ ਸ਼ੂਗਰ ਹੈ ਤੈਨੂੰ ਉਹ ਆ ਬਾਹ ਹੈ ਫਿਰ ਨੂੰਹ ਤਾਂ ਮੇਰੇ ਨਾਲ ਚੱਲ ਪਈ ਹੁਣ ਤਾਂ ਕਹਿੰਦੀ ਚੱਲ ਹੋ ਖੜੀ ਫੜ ਕੇ ਉਹ ਤਾਂ ਬਾਂਹ ਹੁਣ ਤਾਂ ਲਾ ਲਿਆ ਮੂਹਰੇ ਡੱਬੇ 'ਚ ਦੇਖ ਕੇ ਹਾਏ ਬਰਫੀ ਆਈਸ ਲੋਟ 'ਤੇ ਆ ਪਏ ਹਾਂ ਹਾਂ ਫੜਕਿਆਂ ਦੇਖ ਕੇ ਹਾਏ ਬਰਫੀ ਕਹਿੰਦੀ ਮੈਂ ਕਿਹਾ ਕੋਈ ਨਹੀਂ ਫਿਰ ਕੀ ਹੋ ਗਿਆ ਜਵਾਕਾਂ ਵਰਗਾ ਜੀ ਹੁੰਦਾ ਐਂ ਤਾਂ ਜਿਉਂਦੇ ਜੀ ਦਾ ਜੀ ਕਰਦੇ ਹੀ ਆ ਤੁਸੀਂ ਕਿਹੜੇ ਵੇਲੇ ਮੈਂ ਪੈਰ ਪਵਾਰਿਆ ਵਿਹੜੇ 'ਚ ਸਾਡਾ ਕੰਮ ਖਰਾਬ ਕਰਤਾ ਸਾਡਾ ਘਰ ਪੱਟਤਾ ਤੁਸੀਂ ਮੈਨੂੰ ਉੱਚਾ ਨਹੀਂ ਮੈਂ ਬੋਲੀ ਹਲੇ ਕੀ ਹੋਇਆ ਕਹਿੰਦੇ ਹਲੇ ਤਾਂ ਤੇਰਾ ਘਰ ਸਮਾਰ ਕੇ ਪੱਟਾਂਗੇ ਹਾਂ ਚੱਲ ਪਈ ਭੈਣੇ ਚੜ੍ਹਾ ਲਈ ਰੀਲ ਆਹ ਬੰਨੇ ਤੇਰੇ ਮੂਹਰੇ ਹੱਥ ਵਗ ਜਾ ਬੇਬੇ ਸਾਡੇ ਘਰੋਂ ਤਾਂ ਮਾਸੀ ਵਗ ਜਾ ਆਂਟੀ ਭੱਜ ਜਾ ਪਤਾ ਨਹੀਂ ਉਹ ਕੀ ਕੁਛ ਤਾਂ ਮੈਨੂੰ ਬੋਲੀ ਮੈਂ ਆਖਿਆ ਮੈਂ ਕੋਈ ਗੱਲ ਨਹੀਂ ਫਿਰ ਮੈਂ ਪਈ ਸੁਣੀ ਗਈ ਜਦੋਂ ਮੈਂ ਸੁਣੀ ਗਈ ਉਹ ਤਾਂ ਦੋਨੇ ਜਣੇ ਕੋਲੇ ਸਮਝਾ ਪਏ ਉਹਨਾਂ ਨੂੰ ਕਹਿੰਦੀ ਖਬਰਦਾਰ ਜੇ ਇੱਦੂ ਮੁੜ ਕੇ ਬੋਲਿਓ ਤੁਹਾਡੀ ਮਾਸੀ ਆ ਤੁਹਾਡੀ ਫਲਾਨਾ ਮੇਰੀ ਇਹ ਭੈਣ ਹੈ ਫਿਰ ਮੈਂ ਸੁਣ ਸੁਣ ਕੇ ਮੈਂ ਆਖਿਆ ਵੀ ਮੈਂ ਸਮਾਰ ਕੇ ਤਾਂ ਪਗਤਾ ਕੇ ਆਵਾਂ ਉਹਨੂੰ ਭਰਾਂ ਤਾਂ ਸਹੀ ਪਣਪੋ ਫਿਰ ਮੈਂ ਇੱਥੋਂ ਉੱਠ ਕੇ ਵਗ ਗਈ ਜਦੋਂ ਬਾਗੀ ਨਾ ਨੂੰਹ ਸੀ ਕੋਲੇ ਨਾ ਪੁੱਤ ਸੀ ਕੋਈ ਨਹੀਂ ਸੀ ਦੇਖ ਕੇ ਵੀ ਹੁਣ ਹਟ ਕੇ ਬੋਲੂ ਮੈਂ ਆਖਿਆ ਭੈਣੇ ਇਸ ਤਾਂ ਸਮਾਨ ਪੈਕ ਕਰ ਲਿਆ ਵੀ ਜਾਵਾਂਗੇ ਕਹਿੰਦੀ ਮੈਂ ਨਹੀਂ ਜਾਣ ਦਿੰਦੀ ਕਿੱਥੇ ਜਾਊਂਗੀਆਂ ਨਾ ਭੈਣੇ ਉਹ ਤਾਂ ਹੱਥ ਬੰਨੇ ਹਾਂ ਕਹਿੰਦੀ ਤੂੰ ਤਾਂ ਮੇਰੇ ਧਰਮ ਦੀ ਭੈਣ ਹੈ ਆਇਆ ਬਾ ਇਹ ਲਵੇ ਕੰਮ ਲੱਗ ਗਿਆ ਹੁਣ ਠੀਕ ਹੈ ਠੀਕ ਹੈ ਹੁਣ ਟੈਂਸ਼ਨ ਨਾ ਲਏ ਸਮਾਰ ਕੇ ਰਗੜ ਕੇ ਜਾਵਾਂਗੇ ਇਹਨੂੰ ਚਲਾ ਕੋਈ ਇੱਕ ਗੱਲ ਤਾਂ ਹੈਗੀ ਬੀਬੀ ਮੇਰੀ ਮਾਂ ਵਰਗੀ ਬੁੜੀ ਮੈਂ ਸਾਰੀ ਦੁਨੀਆ ਤੇ ਨਹੀਂ ਦੇਖਣੀ ਅੱਛਾ ਨਾ ਕੋਈ ਹੋਣੀ ਹੈ ਤੇ ਨਾ ਹੀ ਕੋਈ ਜੰਮੀ ਹੈ ਦੇਖ ਲੈ ਫਿਰ ਤੇ ਹੀ ਹੈ ਹਾਂ ਤੀਜੇ ਦਿਖਾ ਦਿੰਨੀ ਜਿੱਥੇ ਹੁਣ ਤੋਂ ਬਸ ਹੱਥ ਜੋੜ ਕੇ ਬੇਨਤੀ ਹੈ ਮੇਰੀ ਛੇਤੀ ਕਰ ਜਿਹੜਾ ਕੰਮ ਕਰਨਾਗਾ ਹਾਂ ਹਾਂ ਹੁਣ ਤਾਂ ਲਵੇ ਲੱਗ ਗਿਆ ਆਪਣਾ ਕੰਮ ਹੱਲ ਹੋ ਜਾਊਗਾ ਸੋਚ ਨਾ ਕਰ ਨਾ ਤੂੰ ਐਂ ਕਹਿ ਵੀ ਬੱਸਾਂ ਤੇ ਰੋਦੀਆਂ ਜਾਂ ਹੋਰ ਬਾਹਰ ਮਾੜੇ ਜਿਹੇ ਤੇਰੀ ਆਂਟੀ ਨੂੰ ਵੀ ਪਣਪ ਭਰ ਦੇਵੇ ਤਾਂ ਜਾਵਾਂਗੇ
ਚਲਾਕ ਨੂੰ ਰਗੜ ਕੇ ਸਮਾਰ ਕੇ ਨਿਕਲਾਂਗੇ ਹੁਣ ਵਾਲੀ ਕਹਾਉਂਦੀ ਆਪਦੇ ਆਪ ਨੂੰ ਪਿੱਛੋਂ ਪਤਾ ਲੱਗੂ ਪਿੱਛੋਂ ਪਤਾ ਲੱਗੂ ਫੇਰ ਪਤਾ ਲੱਗੂ ਮਗਰ ਬੁੜੀ ਨੂੰ ਚਾਹੇ ਮਾਰਦੇ ਚਾਹੇ ਰੱਖ ਲੇ ਬੁੜਾ ਜਦੋਂ ਮੜਿਆ ਗਿਆ ਆਪਦੀ ਬੁੜੀ ਨੂੰ ਰੱਖ ਲੈ ਪਤਾ ਆਪਣਾ ਹੱਲ ਕਰਨਾ ਆਪਾਂ ਕਿਹੜਾ ਉਹਨਾਂ ਨੂੰ ਜਾਤ ਗੋਤ ਦੱਸੀ ਆਪਾਂ ਕਿਹੜਾ ਉਹਨੂੰ ਪਿੰਡ ਦੱਸਿਆ ਵੀ ਕਿੱਥੋਂ ਦੇ ਆ ਆਪਣਾ ਕਿ ਅੱਗੇ ਪਿੱਛਾ ਫਰੋਲ ਲੂ ਫਿਰ ਤਾਂ ਹੁੰਦਾ ਆਪਣਾ ਉਹ ਬੈਠੀ ਆ ਛੋਲੂਆ ਕੱਢੀ ਜਾਂਦੀ ਹੈ ਤੂੰ ਉੱਥੋਂ ਨਾ ਮੇਰੀ ਗੱਲ ਸੁਣੋ ਨਹੀਂ ਜਾਂਦੀ ਲਾਂਬਾ ਦੇ ਕੇ ਜਾਈ ਮਾੜਾ ਜਿਹਾ ਵੀ ਆਪਾਂ ਤਾਂ ਗੱਲ ਲਵੇ ਲਾਉਣੀ ਆਪਣੀ ਉਹਨੂੰ ਐਂ ਕਹਿ ਦੇ ਵੀ ਕੱਲ੍ਹ ਜਦੋਂ ਤੇਰੀ ਨੂੰ ਉਲਟਾ ਸੁਲਟਾ ਜੀ ਬੋਲੀ ਸਰ ਤਾਂ ਠੀਕ ਨਹੀਂ ਲੱਗਦਾ ਵੀ ਆਂਟੀ ਅਸੀਂ ਤਾਂ ਅੱਜ ਜਾਵਾਂਗੇ ਮੈਂ ਉਹ ਤਾਂ ਪੁੱਛਦੀ ਹਾਂ 50,000 ਰੁਪਇਆ ਪਹਿਲਾਂ ਕਿੱਥੋਂ ਬੋਲਦੀ ਹੈ ਕੀ ਬਿਆਨ ਕਰਦੀ ਹੈ ਲੈ ਦੇਖ ਲੈ ਮੈਂ ਪੁੱਤ ਤੁਹਾਨੂੰ ਕਈ ਵਾਰੀ ਕਿਹਾ ਵੀ ਤੁਸੀਂ ਉੱਧਰ ਦੀ ਆਇਆ ਕਰੋ ਇੱਧਰ ਦੀ ਕਿਉਂ ਆ ਗਈ ਮੈਂ ਤਾਂ ਹਵਾ ਦੀ ਮਾਰੀ ਬਹਿ ਗਈ ਇੱਥੇ ਸਤਿ ਸ਼੍ਰੀ ਅਕਾਲ ਬੇਟੇ ਆਂਟੀ ਤੁਸੀਂ ਕਹਿ ਕੇ ਕੀ ਕਰੋਗੇ ਫਿਰ ਤੁਹਾਡੇ ਨੂੰ ਤਾਂ ਸਾਡੇ ਨਾਲ ਕਿਹੜਾ ਮਤ ਮਿਲਾਉਂਦੀ ਹੈਗੀ ਬੇਟਾ ਕੀ ਕਹਿੰਦੀ ਹੈ ਬੋਲੀ ਆਣ ਦੇ ਕੱਲ ਕਿੰਨਾ ਕੁਛ ਤਾਂ ਹੋਇਆ ਕਿੰਨੇ ਮੇਰੀ ਮਾਂ ਦੀ ਬੇਇੱਜ਼ਤੀ ਕੀਤੀ ਕੁਛ ਨਹੀਂ ਹੁੰਦਾ ਮਾਂ ਦੀ ਬੇਇੱਜ਼ਤੀ ਨੂੰ ਮਾਂ ਪੱਟ ਨਾਲ ਕੀ ਗੱਲ ਹੈਗੀ ਅਸੀਂ ਕੀ ਪੱਟਤਾ ਤੁਹਾਡਾ ਘਰ ਮੇਰੀ ਗੱਲ ਸੁਣ ਦਿਮਾਗ ਹੀ ਇਹੋ ਜਿਹਾ ਉਹਦਾ ਨਾਲੇ ਉਹੀ ਗੱਲ ਅਸੀਂ ਕਿਹੜਾ ਸੀਂਦ ਬੈਠੇ ਹਾਂ ਤੁਹਾਨੂੰ ਕਿਰਾਇਆ ਦਿੰਦੇ ਹਾਂ ਹਨਾ ਜੇ ਕਿਰਾਏ ਤੇ ਬੈਠਣਾ ਅਸੀਂ ਕਿਤੇ ਹੋਰ ਬਹਿ ਜਾਾਂਗੇ ਬੇਟਾ ਮੇਰੀ ਸੁਣ ਗੱਲ ਹਾਂਜੀ ਨਾਲੇ ਤੂੰ ਆਂਟੀ ਆਂਟੀ ਨਾ ਕਰ ਮੈਂ ਲੱਗਦੀ ਹਾਂ ਤੇਰੀ ਮਾਸੀ ਕੋਈ ਗੱਲ ਨਹੀਂ ਜਦੋਂ ਤੁਸੀਂ ਸਾਰਾ ਕੰਮ ਨਿਮੇੜ ਕੇ ਤੇਰੀ ਬਦਲੀ ਹੋ ਗਈ ਫਿਰ ਵੀ ਆਪਾਂ ਵਰਤਾਂਗੇ ਠੀਕ ਹੈ ਜੀ ਇਹ ਨਹੀਂ ਗੱਲ ਹੈਗੀ ਉਹ ਤਾਂ ਠੀਕ ਹੈ ਜੀ ਐਂ ਸੀ ਵੀ ਚਲੋ 15 ਦਿਨ ਰਹਿ ਗਏ ਵੀ ਚਲੋ ਸਾਡੇ ਵਧੀਆ ਨਿਕਲ ਹੀ ਜਾਂਦੇ ਸੀ ਦਿਨ ਤੇਰੇ ਵਧੀਆ ਉਹ ਵੀ ਨਿਕਲ ਜਾਂਦੇ ਹਨਾ ਮੇਰੀ ਮਾਂ ਦੀ ਤੁਹਾਡੇ ਨਾਲ ਵਧੀਆ ਮੱਤ ਮਿਲੀ ਸੀ ਮੇਰਾ ਵੀ ਵਧੀਆ ਜੀ ਲੱਗਿਆ ਸੀਗਾ ਤੇ ਪਰ ਤੁਹਾਡੀ ਨੂੰਹ ਕਰਕੇ ਸਾਨੂੰ ਜਾਣਾ ਪਊਗਾ ਹੁਣ ਤਾਂ ਕਿਤੇ ਨਹੀਂ ਜਾਣਾ ਨੂੰਹ ਕਰਕੇ ਕਿਤੇ ਜਾਣ ਦੀ ਤੈਨੂੰ ਲੋੜ ਨਹੀਂ ਚੁੱਪ ਕਰ ਜਾ ਤੁਹਾਨੂੰ ਐਂ ਨਾ ਵੀ ਅਸੀਂ ਮਾਸੀ ਨੂੰ ਕਿਰਾਇਆ ਦਿੰਦੇ ਹਾਂ ਹੁਣ ਗਾਹਾਂ ਵਾਸਤੇ ਮੈਂ ਤੁਹਾਡੇ ਤੋਂ ਕਿਰਾਇਆ ਵੀ ਨਹੀਂ ਲੈਂਦੀ ਨਾ ਨਾ ਜੀ ਕਿਰਾਏ ਤਾਂ ਕੀ ਕਿਰਾਇਆ ਹੀ ਗੱਲ ਨਹੀਂ ਭੈਣੇ ਹੱਕ ਬਣਦਾ ਕਿਰਾਇਆ ਦੇਣ ਦਾ ਤਾਂ ਮੂਹਰੋਂ ਬੱਚਿਆਂ ਨੂੰ ਸੂਝ ਬੂਝ ਨਾਲ ਬੋਲਣਾ ਚਾਹੀਦਾ ਕੀ ਬਰਫੀ ਬਰਫੀ ਦੀ ਜਾਤ ਤੇਰੀ ਸੁਤਾ ਭੜਕੀ ਹੈ ਜਵਾਕਾਂ ਵਰਗਾ ਜੀ ਹੋ ਜਾਂਦਾ ਚੱਲ ਜਵਾਕਾਂ ਵਰਗਾ ਨੂੰ ਜਦੋਂ ਭੈਣੇ ਉਹਨਾਂ ਨੂੰ ਜੂੜ ਪਾਰਖ ਕੁਛ ਨਹੀਂ ਖਾਣਾ ਕੁਛ ਨਹੀਂ ਖਾਣਾ ਜੀ ਤਾਂ ਕਰਦੀਆਂ ਥੋੜ੍ਹੇ ਬੇਇੱਜ਼ਤੀ ਕਰ ਦਿੰਦੇ ਨੇ ਮੈਂ ਗੁੜੀਆ ਕੋਲੇ ਦੱਸਿਆ ਮੈਂ ਉਹਨਾਂ ਨੂੰ ਵਧੀਆ ਲਾਹੇ ਨਹੀਂ ਪੜ੍ਹੇ ਕਿਤੇ ਲਾ ਤਾ ਦੁਬਾਰੇ ਫਿਰ ਮੈਨੂੰ ਨਾ ਉਹ ਲਾ ਦੇ ਹੁਣ ਤਾਂ ਤੂੰ ਉਹ ਲਾਤੀ ਨਹੀਂ ਮੁੰਡਾ ਮੇਰਾ ਨਰਮ ਹੈ ਤੁਹਾਨੂੰ ਕੁਛ ਕਹਿੰਦਾ ਨਹੀਂ ਚੁੱਪ ਕਰ ਮੁੰਡਾ ਤਾਂ ਕੋਈ ਵਿਚਾਰਾ ਬੋਲਦਾ ਬਸ ਫਿਰ ਤੈਨੂੰ ਤਾਂ ਤਪ ਤੇਜ ਹੈ ਤੇਰੀ ਤਾਂ ਕੁਛ ਨਹੀਂ ਹੁੰਦਾ ਤਪ ਤੇਜ ਹੋਈ ਜਾਵੇ ਕੁਛ ਹੋਈ ਜਾਵੇ ਸਾਰਾ ਕੁਛ ਮੇਰੇ ਹੱਥ 'ਚ ਹੈ ਮੇਥੋਂ ਤਾਂ ਨਹੀਂ ਕੁਛ ਹੋ ਸਕਦੇ ਉਹ ਘਰ ਇਹ ਤਾਂ ਗੱਲ ਤੇ ਬਸ ਫਿਰ ਮਾਸੀ ਜੀ ਕੱਲ੍ਹ ਮੇਰੀ ਮੰਮੀ ਦੀ ਇੰਨੀ ਬੇਇੱਜ਼ਤੀ ਕੀਤੀ ਮੈਂ ਇੱਥੋਂ ਨਹੀਂ ਬੇਇੱਜ਼ਤੀ ਕਰਾਈ ਜਾਂਦੀ ਹੈਗੀ ਹੁਣ ਤਾਂ ਅਸੀਂ ਜਾਵਾਂਗੇ ਮੇਰੀ ਗੱਲ ਸੁਣਦੀ ਹੈ ਬਿਨਾਂ ਮਤਬਲ ਤੋਂ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਤੇ ਉੱਥੇ ਜਾ ਕੇ ਜਵਾਕਾਂ ਨੂੰ ਕੁੱਟੀ ਜਾਵੇਗੀ ਚੁੱਪ ਕਰਕੇ ਜਾ ਕੇ ਪੜਾ ਕੇ ਜਵਾਕਾਂ ਨੂੰ ਘਰੇ ਆ ਜੀ ਮੈਂ ਨਹੀਂ ਤੁਹਾਨੂੰ ਜਾਣ ਦਿੰਦੀ ਸਿੱਧੀ ਜੀ ਗੱਲ ਮੁੱਕਦੀ ਦੁਬਾਰੇ ਕੁਝ ਕਹਿਦਾ ਜੀ ਤੁਹਾਡੀ ਨੂੰਹ ਨੇ ਫਿਰ ਅਸੀਂ ਨਹੀਂ ਰਹੇ ਹਾਂ ਜੇ ਦੁਬਾਰੇ ਕੁਝ ਕਹਿਦਾ ਜਮਾ ਨਾ ਰਹੇ ਠੀਕ ਹੈ ਜੀ ਜਬ ਤੂੰ ਹੁਣ ਲੇਟ ਨਾ ਹੋ ਰਾਤ ਬਣੇ ਆਈ ਕੋਲੇ ਮੈਂ ਦੱਸਤਾ ਮੈਂ ਪਈ ਸੀ ਮੇਰਾ ਵੀ ਮੂਡ ਖਰਾਬ ਹੋ ਗਿਆ ਜਦੋਂ ਮੈਂ ਪਈ ਮੈਨੂੰ ਕਹਿੰਦੀ ਮਾਤਾ ਪਾਏਗੀ ਮੈਂ ਕਿਹਾ ਹਾਂ ਚਲ ਮੈਂ ਬੋਲੀ ਜੇ ਨਹੀਂ ਕਹਿੰਦੀ ਕੀ ਗੱਲ ਤੂੰ ਬੋਲਦੀ ਨਹੀਂ ਮੈਂ ਕਿਹਾ ਐਂ ਹੋਈ ਭਾਈ ਮੇਰੀ ਨੂੰ ਕੁੜੀ ਦਾ ਵੀ ਮਨ ਖਰਾਬ ਹੋ ਗਿਆ ਕੁੜੀ ਕਹਿੰਦੀ ਵੀ ਮਾਤਾ ਫਿਰ ਆਪਾਂ ਤਾਂ ਬਦਲੀਏ ਮੈਂ ਜ਼ਰੂਰੀ ਬੇਇੱਜ਼ਤੀ ਕਰਾਉਣੀ ਨਾਲੇ ਉਹਦੇ ਨਾਲ ਉਹਦੇ ਘਰੇ ਖੜੇ ਸੁਣਦਾ ਮੈਂ ਭਾਈ ਐਂ ਕਰਕੇ ਆਏ ਹੋਏ ਬਰਫੀ ਤੋਂ ਲੈ ਕਹਿੰਦੀ ਕੀ ਗੱਲ ਹੈ ਬਰਫੀ ਵਾਲੀ ਮੈਨੂੰ ਕਹਿੰਦੀ ਤੇਰੇ ਜਿੰਨੇ ਮੋਹ ਉਹਦਾ ਆਇਆ ਮਾਸੀ ਦਾ ਮੋਹ ਤਾਂ ਕਰਦੀ ਹੈ ਮੈਨੂੰ ਵੀ ਆਉਂਦਾ ਇਹ ਤਾਂ ਮੋਹ ਨੂੰ ਮੋਹ ਹੈ ਜੇ ਮੈਂ ਕਰਦੀ ਹਾਂ ਉਹ ਵੀ ਕਰਦੀ ਹੈ ਪਰ ਗੱਲ ਮੇਰੀ ਸੁਣ ਐਵੇਂ ਜਵਾਕਾਂ ਵਾਲੀਆਂ ਗੱਲਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਸਭ ਕੁਛ ਹੱਥ ਮੱਥੇ ਮੇਰੇ ਹੈ ਉਹਨਾਂ ਕੋਲ ਕੀ ਹੈ ਜੀਭ ਹੈ ਇਕੱਲੀ ਭੌਂਕੀ ਜਾਣ ਦੇ ਭੈਣ ਇੱਕ ਮੈਂ ਤੈਨੂੰ ਸਵਾਲ ਪਾਉਣੀ ਹੈ
ਗੱਲ ਕਰ ਮੁੰਡੇ ਨੇ ਕਰਿਆ ਕੋਈ ਸੌਦਾ, ਉਹ ਕਹਿੰਦਾ 50,000 ਘੱਟ ਹੈ ਮਾਤਾ, ਵੀ ਤੂੰ ਆ ਕੋਈ ਹੀਲਾ ਕਰ। ਮੈਂ ਕਿਹਾ ਕੋਈ ਗੱਲ ਨੀ ਭਾਈ, ਮੈਂ ਤੇਰੀ ਆਂਟੀ ਮਾਸੀ ਤੇ ਪੁੱਛਦੀ ਆ। ਮੇਰੀ ਗੱਲ ਸੁਣ, ਹਾਂ ਕਦੋਂ ਲੈ ਜਾਣਾ ਹੁਣ? ਅੱਜ ਦੇ ਦੇ, ਮੈਂ ਤਾਂ ਫਿਰ ਉਹੀ ਗੱਲ ਉਹਨੂੰ ਫੜਾਈ ਦੇਊਂਗੀ। ਮਖਾ ਮੈਂ ਹੁਣੀ ਦੇ ਦਿੰਦੀ ਆ, ਮੈਨੂੰ ਫੜਾ ਦੂ ਮੂਰੇ, ਆ ਜੂਗਾ ਮਾਨਸਾ ਲੈ ਜੂ ਫੜ। ਕੋਈ ਗੱਲ ਨਹੀਂ, ਹੈਂ ਕੋਈ ਗੱਲ ਨਹੀਂ, ਲੈ ਜੀ 50,000 ਦੀ ਬੜੀ ਗੱਲ। ਤੂੰ ਐਂ ਕਰ, ਤੜਕੇ ਅਮਨ ਜਾਂਦੀ ਹੋਈ ਤੂੰ ਮੈਨੂੰ ਫੜਾ ਦੇ, ਹਾਂ ਤੜਕੇ ਅਮਨ ਜਾਂਦੀ ਹੋਈ ਮਾਨਸਾ ਲੈ ਜੂ, ਉੱਥੋਂ ਆ ਕੇ ਲੈ ਜੂਗਾ। ਕੋਈ ਨਹੀਂ ਕੋਈ ਨਹੀਂ, ਹਾਂ ਨਾਲੇ ਇਹ ਕਿ ਮੈਂ ਚੋਰੀਆਂ ਦੇਣੇ ਨੇ, ਸੈਂਤਕ ਦੇਊਂ। ਕੋਈ ਨਹੀਂ, ਅੱਜ ਹੈਗਾ ਭੈਣੇ ਐਤਵਾਰ, ਹਾਂ ਤੇਰੇ ਮੈਂ ਮੁੜਦੇ ਐਤਵਾਰ ਨੂੰ ਮੋੜ। ਮੇਰੀ ਗੱਲ ਸੁਣ, ਐ ਨਾ ਕਹਿ ਮੇਰੇ ਭਾਵੇਂ ਮਹੀਨੇ ਨੂੰ ਮੋੜ ਦੇ ਨਾ ਭੈਣੇ, ਦੇਣਾ ਲੈਣਾ ਇਹ ਤਾਂ ਇੱਜ਼ਤ ਹੈ ਇਸ ਗੱਲ 'ਚ ਤਾਂ। ਚਲੋ ਉਹ ਤਾਂ ਆਪਾਂ ਨੂੰ ਵੀ ਪਤਾ ਹੈ, ਤਨਖਾਹ ਹੁੰਦੀ ਹੈ, ਗੱਲ ਕਰ ਵੀ ਕੋਈ ਮੌਕੇ 'ਤੇ ਬਣ, ਬਟ ਜਿਹੜਾ ਕੰਮ ਵਿੱਢਿਆ ਹੋਊ ਘਾਟ ਪੈਂਦੀ ਦਿਸਦੀ ਹੋਊਗੀ ਉਹਨੂੰ। ਨਹੀਂ ਨਹੀਂ ਕੋਈ ਨਹੀਂ, ਹਾਂ ਕੋਈ ਨਹੀਂ ਕੋਈ ਨਹੀਂ, ਧੰਨਵਾਦ ਭੈਣੇ, ਸ਼ਾਬਾਸ਼ ਤੇਰੇ, ਬਹੁਤ ਨਾ ਨਾ ਹੁਣੀ ਦੇ ਦੇਣੀ ਹੈ ਤੈਨੂੰ, ਇਹ ਬੜੀ ਗੱਲ। ਚੰਗਾ ਭੈਣੇ, ਰਿਸ਼ਤੇਦਾਰੀ ਰਹਿ ਗਈ ਰਿਸ਼ਤੇਦਾਰੀ ਨਾਲ, ਤੂੰ ਮੇਰੀ ਮਾਂ ਜਾਈ ਭੈਣ ਹੈ, ਠੀਕ ਹੈ ਠੀਕ, ਮੈਂ ਵੱਡੀ ਹਾਂ ਤੂੰ ਛੋਟੀ ਹੈ, ਫਿਰ ਕੀ ਗੱਲ ਹੈ? ਤੂੰ ਐ ਝਿਜਕਦੀ ਜੀ ਕਿਉਂ ਹੈ? ਗੱਲ ਕਰਨ ਲੱਗੀ ਤੂੰ ਮੈਨੂੰ 6 ਦਿਨ ਦੱਸਿਆ ਕਰ। ਨੀ ਭੈਣੇ ਮੈਨੂੰ ਤਾਂ ਬਸ ਇੱਕ ਤਾਂ ਤੇਰੀ ਨੂੰਹ ਕਰਕੇ ਹੈ ਵੀ ਨਹੀਂ 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 ਨਾ ਬੁਰੀ ਬਣਾਵੇ ਨਾ ਮੇਰੇ ਨਾਲ, ਕਾ ਤੋਂ ਬਣਾਵੇ? ਅੱਛਾ ਨਾ ਨਾ ਨਾ, ਇਹਨਾਂ ਦੀ ਕੀ ਤਾਕਤ ਹੈ, ਹੱਥ ਮੱਥੇ ਤਾਂ ਮੇਰੇ ਆ ਸਭ ਕੁਝ, ਹਾਏ ਤਾਂ ਤੇਰੇ ਹੱਥ ਮੱਥੇ, ਸਾਨੂੰ ਇੰਨਾ ਨਹੀਂ ਸੀ ਨਾ ਪਤਾ ਵੀ ਜਮੀ ਤੇਰੇ ਲਵੀ ਹੈ, ਨਾ ਨਾ ਸਾਰਾ ਰਲ ਮਿਲ ਕੇ ਚੱਲਦਾ। ਨਹੀਂ ਨਹੀਂ ਮੇਰੇ ਕੋਲੇ ਹੈ ਸਾਰਾ ਕੁਝ। ਅੱਛਾ ਹਾਂ, ਅੱਛਾ ਭੈਣੇ ਫਿਰ ਉਹ ਤੈਨੂੰ ਫੜਾ ਦਿੰਦੇ ਨੇ ਵੇਚ ਵੱਟ ਕੇ? ਵੇਚ ਵੱਟ ਕੇ ਕਿਉਂ, ਸਾਰਾ ਮੈਂ ਹੀ ਕਰਦੀ ਆ। ਅੱਛਾ ਦੇਣਾ ਲੈਣਾ? ਨਾ ਨਾ ਦੇਣਾ ਲੈਣਾ, ਦੇਵੇਂ ਕਿਸੇ ਨੂੰ ਲਵੇਂ। ਹਾਂ ਚਲ, ਹਾਂ ਤਾਂ ਹੁਣ ਪਤਾ ਲੱਗ ਗਿਆ, ਹੁਣ ਸਾਨੂੰ ਡਰ ਨਹੀਂ ਆਊਗਾ, ਕੋਈ ਝਿਜਕਾਂਗੇ ਨਹੀਂ। ਨਾ ਨਾ ਨਾ, ਝਿਜਕਦੀ ਤਾਂ ਹੀ ਹੈ ਪੜੇ, ਮੈਂ ਤਾਂ ਬਸ ਉਹ ਬਹੁਤ ਹੀ ਡਰਦੀ। ਨਹੀਂ ਨਹੀਂ, ਹੁਣ ਪਤਾ ਲੱਗ ਗਿਆ ਨਾ, ਜੇ ਮੈਂ ਆਪਣਾ ਮਨ ਮਿਲਿਆ ਪਰਮਾਤਮਾ ਮਿਲਿਆ ਕੀ ਰੱਖਿਆ, ਬਸ ਬਸ ਹਾਂ, ਜਦੋਂ ਮੈਂ ਆਪਦੀ ਧਰਮ ਦੀ ਭੈਣ ਹੀ ਬਣਾ ਲਈ। ਨਾ 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 ਕੋਈ ਨਹੀਂ, ਠੀਕ ਹੈ ਭੈਣ, ਕੋਈ ਨਹੀਂ ਕੋਈ ਨਹੀਂ, ਐਵੇਂ ਨਾ ਝਿਜਕਿਆ ਕਰ। ਚਲ ਚੰਗਾ ਭੈਣ, ਸ਼ਾਬਾਸ਼ ਧੰਨਵਾਦ ਤੇਰੇ। ਮੈਂ ਦੇਖੀ ਫੋਨ ਕਰਦੀ ਹਾਂ ਭਾਈ ਨੂੰ ਵੀ ਤੂੰ ਅਮਨ ਤੋਂ ਲੈ ਜੀ ਸਕੂਲ 'ਚੋਂ ਫੜ ਕੇ, ਤੜਕੇ ਜਾਂਦੀ ਹੋਈ ਅਮਨ ਨੂੰ ਫੜਾ ਦੇਂਗੇ, ਹੁਣ ਐਡੀ ਵਾਟ ਕਿੱਥੇ ਆਊ ਕਿੱਥੇ ਜਾਊ? ਕੋਈ ਗੱਲ ਨਹੀਂ, ਹਾਂ ਕੋਈ ਗੱਲ ਨਹੀਂ, ਤੂੰ ਚਾਹੇ ਮੈਨੂੰ ਫੜਾ ਦੀ ਹੁਣ ਚਾਹੇ ਤੜਕੇ ਲੈ ਜੂ ਅਮਨ ਫੜ ਕੇ, ਤਾਂ ਕਿੱਡੀ ਗੱਲ। ਨਾ ਨਾ ਮੈਂ ਤੈਨੂੰ ਹੁਣੀ ਫੜਾ ਦੂੰ, ਬਸ ਠੀਕ। ਹਾਂ ਇਹ ਬੜੀ ਗੱਲ ਹੈ। ਚੰਗਾ ਭੈਣੇ ਧੰਨਵਾਦ ਤੇਰੇ, ਬਹੁਤ ਬਹੁਤ ਜਿਹੜਾ ਤੂੰ ਸਾਡਾ ਐਡਾ ਮਤਬਲ ਸਾਰਿਆ। ਨਾ ਨਾ ਮਤਬਲ ਵਾਲੀ ਕੀ ਗੱਲ ਹੈ, ਮੈਂ ਕੀ ਵਿਆਹ ਚ ਚੁੱਕਣੀ? ਮੁਰਦੇ ਐਤਵਾਰ ਨੂੰ ਫੜਾ ਦੇਂਗੇ। ਚੰਗਾ, ਕੋਈ ਨਹੀਂ ਕੋਈ ਨਹੀਂ, ਮੇਰੇ ਭਾਵੇਂ ਤਾਂ ਮਹੀਨੇ ਦੇ ਦੇਦੀ ਬੜੀ। ਹਾਂ ਭੈਣੇ ਮਹੀਨਾ ਕੀ ਦਾ, ਹਾਂ ਉਹੀ ਟੈਨਸ਼ਨ ਜਿੱਤੇ ਲੈ ਵਿਹਾਰ ਹੈ ਭੈਣੇ। ਨਾ ਨਾ ਕੋਈ ਦੇਣ ਲੈਣ ਦੀ ਇੱਜ਼ਤ ਹੈ, ਜੇ ਆਪਾਂ ਟਾਈਮ ਨਾਲ ਦੇਵਾਂਗੇ ਤਾਂ ਫਿਰ ਵੀ ਮੁੜ ਕੇ ਉਧਰ ਉਧਰ ਦੇਣ ਲੱਗ ਜਾਂਦਾ। ਕੋਈ ਨਹੀਂ, ਕੀ ਗੱਲ ਹੁੰਦਾ, ਰਿਸ਼ਤੇਦਾਰੀ ਦਾ ਮਾਮਲਾ ਪਹਿਣਾ ਪਹਿਣਾ, ਕਾਹਦੇ ਵਾਸਤੇ ਬਣੀਆਂ ਫਿਰ ਆਪਾਂ। ਧੰਨਵਾਦ ਤੇਰੇ, ਤੇ ਜਿਹੜਾ ਮੇਰੇ ਮੌਕੇ ਤੇ ਕੰਮ ਸਾਰਤਤ ਹੈ, ਮੈਂ ਪਾ ਹੀ ਨਾ ਕਰਦੀ ਆ ਫੋਨ ਤੇ ਗੱਲ, ਹੈ ਤੜਕੇ ਅਮਨ ਨੂੰ ਫੜਾ ਦਾਂਗੇ, ਉੱਥੇ ਲੈ ਜੂਗੀ। ਆਹੋ ਐਂ ਕਰ ਲੈ, ਹਾਂ ਤੇ ਕੱਢ ਕੇ ਰੱਖ ਦੀ। ਚੰਗਾ ਨਾ ਕੋਈ, ਹਾਂ ਆ ਛੋਲੇ ਉਹ ਤੋਂ ਕੀ ਮੰਗਦੀ ਆ ਨਾ, ਮੈਂ ਕੱਢ ਦੂੰਗੀ। ਹੈ ਤੇਰੀ ਮਰਜ਼ੀ ਹੈ, ਜੇ ਤੈਂ ਕੱਢਣਾ ਤੂੰ ਕੱਢ ਲੈ, ਨਹੀਂ ਮੈਂ ਕੱਢ ਦੂੰਗੀ, ਕੋਈ ਨਾ ਮੈਂ ਬੈਠੀ ਹਾਂ। ਹੈ ਕੋਈ ਨਾ ਮੈਂ ਬੈਠੀ ਹਾਂ, ਤੇਰੀ ਮਰਜ਼ੀ ਹੈ ਕੱਢ ਲੈ। ਚੰਗਾ ਭੈਣ, ਸ਼ਾਬਾਸ਼ ਧੰਨਵਾਦ ਤੇਰੇ, ਠੀਕ ਹੈ। ਕੋਈ ਨਾ, ਧੰਨਵਾਦ ਨੂੰ ਕੀ ਗੱਲ ਹੈ, ਕਰਦੀ ਗੱਲ ਹੈ ਭਾਵੇਂ ਕਰਦੀ ਹੈ ਭੈਣੇ, ਮੌਕੇ ਨਾਲ ਉਹੀ ਗੱਲ। ਚੱਲ ਚੰਗਾ ਭੈਣੇ ਤੂੰ ਕੱਢ ਕੇ ਰੱਖੀ, ਚੱਲ ਮੈਂ ਲੈ ਜੂ ਫੇਰ ਫੜ ਕੇ। ਚੰਗਾ ਮੈਂ ਭਾਈ ਨਾਲ ਗੱਲ ਕਰ ਲਾਂ, ਠੀਕ ਹੈ? ਹਾਂ ਚੰਗਾ। ਮੈਂ ਕੁੜੇ ਨੇ ਤਾਂ ਮੂੰਹ 'ਚ ਬੋਲ ਨਹੀਂ ਡਿੱਗਣ ਦਿੱਤਾ, ਇਹ ਤਾਂ ਖਾਸੇ ਕਰੂੰਡਾ ਕਰਾਊਗੀ ਮੈਂ ਇੱਥੋਂ ਸਮਾਰ ਕੇ। ਕੋਈ ਗੱਲ ਨਹੀਂ, ਰਲਾਤੀ ਪੁੱਤ ਸੰਨੀ? ਹਾਂ ਸੰਨੀ ਰਲਾਤੀ ਅੱਬੇ। ਉਰੇ ਆ ਫਿਰ ਹੱਥ ਧੋ ਕੇ ਮੇਰੇ ਕੋਲ। ਹਾਂ ਬੰਦੇ ਦੱਸ, ਮੇਰੀ ਗੱਲ ਸੁਣੀ। ਇਹ ਆ ਫੜ ਚਾਬੀ,
ਕੀ ਕਰਨਾ? ਨਿਮਾਰੀ ਚ ਮੈਨੂੰ 50,000 ਰੁਪਇਆ ਕੱਢ ਕੇ ਲੈ ਦੇ, ਮੈਨੂੰ ਲੋੜ ਹੈ। ਬੇਬੇ ਤੈਨੂੰ ਕੀ ਲੋੜ ਹੈ 50,000 ਦੀ? ਬੇ ਲੋੜ ਹੈ, ਕੀ ਕਰਨਾ ਤੇ? ਓਹੋ ਲੈ ਦੱਸ ਦੇ, ਸਾਰੀਆਂ ਗੱਲ ਪੁੱਛਣਗੇ ਤੈਂ ਕੀ ਕਰਨਾ, ਕਰਨਾ ਕੀ ਹੁੰਦਾ? ਤੂੰ 50,000 ਰੁਪਇਆ ਕੱਢ ਕੇ ਲੈ ਦੇ, ਚਾਬੀ ਤੈਨੂੰ ਫੜਾਤੀ। ਕੁਛ ਤਾਂ ਕਰਨੀ ਹੋਊਗਾ। ਬੇ ਮੇਰੀ ਗੱਲ ਸੁਣ, ਮੈਂ ਦੱਸ ਦਿੰਦੀ ਹਾਂ, ਹਟਦੇ ਹੀ ਨਹੀਂ ਤੂੰ ਤਾਂ ਅੰਤਰੇ ਲੈਣੋ। ਦੱਸ 8 ਦਿਨਾਂ ਵਾਸਤੇ ਤੇਰੀ ਮਾਸੀ ਨੂੰ ਲੋੜ ਹੈ, 1 ਹਫ਼ਤੇ ਵਾਸਤੇ 50,000 ਦੀ। ਕਿਹੜੀ ਮਾਸੀ ਨੂੰ? ਇਹਨੂੰ ਜਿਹੜੀ ਆਪਣੇ ਘਰੇ ਰਹਿੰਦੀ, ਹੋਰ ਮਾਸੀ ਕਈ ਨੇ, ਕੋਈ ਜਾਣ ਨਹੀਂ ਪਛਾਣ ਨਹੀਂ, ਚੱਕ ਕੇ 50,000 ਰੁਪਏ ਹੀ ਦੇ ਦੇਗਾ ਬਸ। ਬੇ ਮੇਰੀ ਗੱਲ ਸੁਣ, ਤੈਨੂੰ ਸ਼ਰਮ ਨਹੀਂ ਆਉਂਦੀ? ਹਜੇ ਜਾਣ ਪਛਾਣ ਹੀ ਨਹੀਂ ਹੈਗੀ, ਇਹ ਤਾਂ ਆਪਣੇ ਲੋਕਾਂ ਨੂੰ ਪੁੱਛ ਕੇ ਦੇਖ, ਰਿਸ਼ਤੇਦਾਰੀਆਂ ਕਾਹਦੇ ਵਾਸਤੇ ਹੁੰਦੀਆਂ ਨੇ? ਆਪਾਂ ਨੂੰ ਤਾਂ ਇਹ ਬਾਹਲੀ ਵਧੀਆ ਹੈ ਤੇਰੀ ਮਾਸੀ। ਬੇਬੇ ਰਿਸ਼ਤੇਦਾਰੀ ਪੱਕੀ ਨਹੀਂ ਤਾਂ ਹੈਗੀ, ਆਪਣੀ ਉਮੜੀ ਹੋਈ ਹੈ ਤਾਂ। ਲੈ ਉਮੜੀ ਹੋਈ ਹੈ ਮਾਸੀ, ਉਮੜ ਦੀ ਆਉਂਦੀਆਂ ਨੇ, ਇਹ ਮੇਰੀ ਧਰਮ ਭੈਣ ਬਣ ਗਈ, ਛੋਟੀ ਭੈਣ। ਤੂੰ ਰਹਿਣ ਦੇ ਹੋਰ ਨਗ ਦੇ। ਬੇ ਕੁਛ ਨਹੀਂ ਹੁੰਦਾ, 1 ਹਫ਼ਤੇ ਵਾਸਤੇ ਚਾਹੀਦੇ ਨੇ, ਮੈਨੂੰ ਲਿਆ ਕੇ ਦੇ ਜਾ ਖੜਾਓ 50,000 ਰੁਪਇਆ। ਕਿਵੇਂ ਕਰਦਾ 50,000 ਪਿੱਛੇ ਲੈ ਕੇ ਭੱਜਦੀਆਂ ਨੇ, 1 ਹਫ਼ਤੇ ਵਾਸਤੇ ਮੰਗੇ ਨੇ ਵਿਚਾਰੀ ਨੇ, ਪਹਿਲੀ ਵਾਰ ਸਵਾਲ ਪਾਇਆ ਉਹਨੇ। ਕੀ ਗੱਲ ਤੁਸੀਂ ਐਂ ਜੇ ਕਮਲਾਏ ਉਹਨੇ? ਉਹ ਕੀ ਦੱਸਾਂ ਬੇਬੇ, ਕਹਿੰਦੇ 50,000 ਰੁਪਏ ਦੇਣਾ ਉਹਨੂੰ। ਕਿਹਨੂੰ? ਉਹਦੀ ਭੈਣ ਬਣਾ ਕੇ ਬਿਠਾ ਰੱਖੇ ਕਮਰੇ 'ਚ। ਹਾਏ ਕਿਰਾਏਦਾਰਨੀ ਨੂੰ 50,000 ਹੋਰ। ਹਾਏ ਆਪਣੀ ਬੇਬੇ ਨੂੰ ਕੀ ਹੋ ਰਿਹਾ, ਆਪਣੀ ਬੇਬੇ ਤਾਂ ਜਮੀ ਬੌਲੀ ਹੋ ਗਈ, ਜਮੀ ਉਹਨਾਂ ਮਗਰ ਲੱਗੀ ਫਿਰਦੀ ਹੈ, ਆਪਾਂ ਨੂੰ ਦੂਰ ਕਰਤਾ ਬੇਬੇ ਨੇ। ਬਥੇਰਾ ਕਿਹਾ ਮੈਂ, ਮੰਨੀ ਨਹੀਂ, ਅੱਗੇ 1 ਹਫ਼ਤੇ ਹੁੰਦੇ ਜਾਣਗੇ ਉਹ। ਚੱਲ ਫਿਰ ਕਿਉਂ ਟੈਨਸ਼ਨ ਲੈਤੀ ਹੈ, ਦਿੰਦੀ ਹੈ ਦੇਈ ਜਾਂਦੇ, ਆਪਾਂ ਨੂੰ ਕੀ ਪਤਾ, ਜਿਹਦੀਆਂ ਅੱਖਾਂ ਦੁੱਖਣੀਆਂ ਆਪ ਹੀ ਪੱਟੀ ਬੰਨੂ, ਆਪੇ ਟਿਕ ਜੂਗੀ ਜਿਹਦੇ ਨਾਮ ਮੋੜੇ ਉਹਨਾਂ ਨੇ। ਉਹ ਦੇ ਕੱਢ ਕੇ ਯਾਰ, ਆਪ ਹੀ ਦੇ ਦੋ ਨਾ ਕੱਢ ਕੇ, ਕਿੱਥੇ ਖਰਾਬ ਕਰਕੇ ਰੱਖਾਂਗੇ ਮੈਂ। ਹਾਏ ਵੀ ਤਾਂ ਕੀ ਬਣੂਗਾ ਆਪਣੀ ਬੇਬੇ ਦਾ। ਜਦ ਯਾਰ ਤੂੰ ਕੱਢ ਕੇ ਕੀ ਕਰਦੀ ਹੈ ਭੈਣ? ਨਹੀਂ ਭੈਣੇ, ਕੱਚੀ ਭੁੱਜੀ ਜੀ ਕਣਕ ਕਰੀ ਸੀ। ਅੱਛਾ ਹਾਂ, ਦਲੀਏ ਵਾਸਤੇ? ਹਾਂ ਦਲੀਏ ਨੂੰ ਜੀ ਕਰਿਆ ਹੈ। ਹੋਰ ਮੈਂ ਕੋਈ ਨਹੀਂ, ਮੈਂ ਦੱਸ ਦੂੰ ਲੈ ਦੱਸ। ਹਾਂ ਕੋਈ ਨਹੀਂ, ਹੋਰ ਸੁਣਾਓ ਤੁਸੀਂ ਕਿੱਧਰ ਆਈਆਂ? ਅਸੀਂ ਤੇਰੇ ਕੋਲ ਆਈਆਂ। ਕਿਵੇਂ ਕਾਇਸ਼ ਲੈ ਕੇ ਆਇਆ ਤੈਨੂੰ? ਮੈਂ ਤਾਂ 6 ਤਾਂ ਦਿਨ ਹੋਏ ਨੇ ਤੁਹਾਨੂੰ। ਲੈ ਫਿਰ ਕੀ ਗੱਲ ਸੀ? ਨਾ ਭੈਣੇ ਕੋਈ ਲੋੜਾ ਰੱਖ ਲਓ। ਨਾ ਨਾ ਲੇਖਾ ਮਾਵਾਂ ਧੀਆਂ ਦਾ ਦਿੱਤੇ ਲਏ ਵਿਹਾਰ ਹੈ, ਹਜੇ ਤਾਂ 6 ਦਿਨ ਹੀ ਹੋਏ ਨੇ। ਫਿਰ ਕੀ ਹੋ ਗਿਆ? ਜਦੋਂ ਉਹੀ ਗੱਲ ਮਤਬੁਲ ਸਾਡਾ ਸਰ ਗਿਆ ਮੌਕੇ ਨਾਲ, ਅਤੇ ਕੱਲ੍ਹ ਭਾਈ ਨੇ ਇਹਦੇ ਅਕਾਊਂਟ 'ਚ ਪੈਸੇ ਪਾ ਤੇ, ਅਤੇ ਫਿਰ ਇਹ ਕਢਾ ਕੇ ਲਿਆ ਕੇ ਕਹਿੰਦੀ ਰਾਤ, ਕਹਿੰਦੀ ਮੰਮੀ ਲਾਏ, ਕਹਿੰਦੀ ਮਾਸੀ ਨੂੰ ਪੈਸੇ ਦੇ ਕੇ ਆ ਗਏ, ਲਿਆ ਵੀਰ ਵਿਆਜ ਵੀ ਫੜਾ। ਨਾ ਨਾ ਲੋ ਹਫ਼ਤੇ ਦਾ, ਫਿਰ ਕੀ ਦਿਨਾਂ ਦਾ ਵਿਆਜ? ਭਾਈ ਫੜਾ ਕੇ ਗਿਆ, ਕੋਈ ਨਹੀਂ ਫੜ ਲੈ ਫੜ ਲੈ। ਨਹੀਂ ਨਹੀਂ ਨਹੀਂ, ਮੈਂ ਕਿਹਾ ਫੜ ਚਾ, ਕੋਈ ਨਹੀਂ ਭੈਣੇ ਆਪਣੇ ਘਰ ਦੀ ਗੱਲ ਹੈ। ਫਿਰ ਕੀ ਹੁੰਦਾ, ਸਾਡਾ ਮੌਕੇ ਨਾਲ ਸਰ ਗਿਆ ਡੰਗ, ਅਤੇ ਹੱਕ ਬਣਦਾ ਲੇਖਾ ਮਾਵਾਂ ਧੀਆਂ ਦਾ ਵਿਹਾਰ ਹੈ ਭੈਣੇ। ਨਹੀਂ ਭੈਣੇ ਨਹੀਂ, ਨਹੀਂ ਮੈਂ ਕਿਹਾ ਨਾ ਨਾ ਨਾ, ਵਿਆਜ ਥੋੜ੍ਹਾ ਨਹੀਂ ਤੁਸੀਂ ਰੱਖੋ ਜੀ, ਵਿਆਜ ਮੈਂ ਨੀ ਪੁੱਤ ਲੈਂਦੀ, ਮੈਂ ਤਾਂ ਮਹੀਨੇ ਦਾ ਨਾ ਲਵਾਂ, 6 ਮਹੀਨਿਆਂ ਦਾ ਨਾ ਲਵਾਂ। ਚੁੱਪ ਕਰ ਜਾ, ਹਾਂ ਮਾਸੀ ਨੂੰ ਕੁਛ ਲਿਆ ਕੇ ਖਵਾ ਦੀ ਉਹੀ, ਚੱਲ ਤੇਰਾ ਮੂੰਹ ਮਿੱਠਾ ਕਰਾ ਦੇ। ਨਾ ਨਾ ਕੋਈ ਨਾ, ਮੂੰਹ ਮਿੱਠੇ ਨਹੀਂ ਕਰੀ, ਕੋਈ ਨਹੀਂ, ਜੇ ਤੇਰੀ ਚੀਜ਼ ਨੂੰ ਜੀ ਕਰੂ ਉਹ ਦੱਸ ਦੀ। ਨਾ ਨਾ ਕੋਈ ਨਹੀਂ, ਚੱਲ ਭੈਣੇ ਵਧੀਆ ਢੰਗ ਸਰ ਗਿਆ, ਸਰ ਗਿਆ ਐਂ ਹੁੰਦਾ ਪੁੱਤ, ਕੋਈ ਗੱਲ ਨਹੀਂ। ਨਾ ਨਾ ਤੁਸੀਂ ਦੱਸਿਆ ਕਰੋ ਇਹੋ ਜਿਹੀ ਗੱਲ ਤਾਂ, ਹੋਰ ਫਿਰ ਆਪਣਾ ਭੈਣਾਂ ਬਣੀਆਂ ਦਾ ਅਤੇ ਮਾਸੀਆਂ ਬਣੀਆਂ ਦਾ ਫਾਇਦਾ ਕੀ ਨਿਕਲਿਆ, ਐਂ ਨਹੀਂ ਪੁੱਤ ਹੁੰਦਾ। ਦੇਖ ਭੈਣੇ ਆਪਣੀ ਹੈ ਰਿਸ਼ਤੇਦਾਰੀ ਦਾ ਮਾਮਲਾ, ਕਿਤੇ ਤੂੰ ਹੀ ਤਾਂ ਨਹੀਂ ਪੈਸੇ ਮੋੜੀ ਜਾਂਦੀ, 1 ਹਫ਼ਤੇ ਦੀ ਕਹਿ ਕੇ ਲੈ ਗਈ, ਤੂੰ 6 ਦਿਨ ਪੈਸੇ ਮੋੜ ਗਈ। ਨਹੀਂ ਭੈਣੇ ਫੇਰੀ ਦੇਣ ਲੈਣ ਚੱਲਦਾ ਹੁੰਦਾ, ਸਾਡਾ ਤਾਂ ਸੂਲ ਇਹੀ ਹੈ, ਅਸਲ ਮੈਂ ਤਾਂ ਪਰਮਾਤਮਾ ਨੇ ਲੋੜ ਪਾਈ ਨਹੀਂ, ਚੱਲ ਜੇ 1 ਅੱਧੀ ਵਾਰ ਕਿਸੇ ਤੋਂ ਡੱਡ ਪੈਣ ਤੋਂ ਸਾਡੇ ਉੱਥੇ ਜੇ ਸਾਨੂੰ ਲੋੜ ਪੈਂਦੀ ਤਾਂ ਅਸੀਂ 2 ਦਿਨ ਪਹਿਲਾਂ ਫੜਾ ਕੇ ਆਉਂਦੇ,
ਅਸੀਂ ਮੇਰਾ ਦੇਣ ਲੈਣ ਉੱਥੇ ਆ ਨਾ ਨਾ ਭੈਣ ਇੱਜਤ ਇਸੇ ਨਾਲ ਹੀ ਬਣੂ ਦੇਣ ਲੈਣ ਠੀਕ ਹੈ ਤੇਰਾ ਹੁਣ ਵਾਹ ਵਾਸਤਾ ਪੈ ਗਿਆ ਤੈਨੂੰ ਪਤਾ ਲੱਗ ਗਿਆ ਹਾਂ ਹੁਣ ਜਦੋਂ ਸਾਨੂੰ ਲੋੜ ਪਊ ਸੀ ਲਿਜਾ ਵੀ ਸਕਦੇ ਹਾਂ ਫਿਰ ਕਿਹੜੇ ਤੂੰ ਸਾਥੋਂ ਭੱਜੇਗੀ ਨਾ 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 ਹੁਣ ਇਹਨੂੰ ਸਾਂਭ ਹੈ ਭੈਣੇ ਬੈਂਕ 'ਚ ਧਰਿਆ ਨਾ ਨਾ 5-4 ਲੱਖ ਰੁਪਇਆ ਤਾਂ ਅਸੀਂ ਘਰ ਹੀ ਰੱਖਦੇ ਬੈਂਕ ਮੁੱਕ 'ਚ ਨਹੀਂ ਰੱਖਦੇ ਅੱਛਾ ਨਾ ਨਾ ਲੋੜ ਪੈਂਦੀ ਰਹਿੰਦੀ ਹੈ ਸਾਰਾ ਐਂ ਤਾਂ ਘਰ ਕਬੀਲਦਾਰੀ ਹੈ ਭੈਣੇ ਕਬੀਲਦਾਰੀ ਹੈ ਨਾ ਚੰਗਾ ਭੈਣੇ ਅਸੀਂ ਲੀੜਾ ਕੱਪੜਾ ਧੋ ਲਈਏ ਠੀਕ ਹੈ ਛੁੱਟੀ ਹੈ ਨਾ ਅੱਜ ਹਾਂ 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 ਜੇ ਕੋਈ ਚੀਜ਼ ਦੀ ਲੋੜ ਪਵੇ ਮੰਗਾ ਲਿਆ ਕਰ ਕੁੜੀ ਤੋਂ ਨਾ ਨਾ ਕੋਈ ਨਹੀਂ ਕੋਈ ਨਹੀਂ ਦੱਸਦੇ ਕਰੋ ਜੀ ਕੁਛ ਖਾਣ ਦੀ ਕੋਈ ਨਾ ਪੁੱਤ ਕੋਈ ਜ਼ਰੂਰ ਦੱਸਿਆ ਕਰੂੰਗੀ ਬੇਟਾ ਕੋਈ ਨਹੀਂ ਕੋਈ ਨਹੀਂ ਲੈ ਮੈਂ ਕਹਿੰਦੀ ਹਾਂ ਮੁੰਡੇ ਨੂੰ ਵਿਆਹ ਲੈ ਜੂਗਾ ਪੈਸੇ ਫੜ ਕੇ ਲੱਛੀ ਨੂੰ ਫੜਾਉਂਦੀ ਹਾਂ ਬੀਬੀ ਗੱਲ ਦੱਸ ਇੱਕ ਟਾਈਮ ਤਾਂ ਉਹ ਤਾਂ 7 ਦਿਨਾਂ ਦਾ ਲਿੱਤਾ ਸੀ ਤੂੰ ਪਹਿਲੀ ਪੈਸੇ ਮੋੜੇ ਬੋਲੀਏ ਫਿਰ ਆਪਣੇ 'ਤੇ ਵਿਸ਼ਵਾਸ ਤਾਂ ਫਿਰ ਹੀ ਆਊਗਾ ਤੂੰ ਨਹੀਂ ਗੱਲ ਸਮਝੀ ਹੁਣ ਆਪਾਂ ਤਾਂ ਚਾਹੇ 5 ਲੱਖ ਮੰਗ ਲਏ ਆਪਾਂ ਨੂੰ 5 ਵੀ ਦੇਊਗੀ ਵੀ ਨਾ ਇਹ ਤਾਂ ਪਹਿਲਾਂ ਦਿੰਦੇ ਨੇ ਨਾਲੇ ਤਾਂ ਸਮੇਤ ਵਿਆਜ ਇਹ ਆਪਣੀ ਠੁੱਕ ਬਣ ਗਈ ਇੱਜ਼ਤ ਬਣ ਗਈ ਇਸ ਗੱਲ 'ਚ ਦੇ ਦੂਗੀ ਫਿਰ ਹਾਂ ਦੇਊਗੀ ਅਸੀਂ ਰਗ ਲਾਂਗੇ ਧਰਕੇ ਬੋਲੀਏ ਤੂੰ ਦੇਖਦੀ ਤਾਂ ਜਾ ਹਾਂ ਜਿਹੜੀ ਉਹ ਨੂੰਹ ਆ ਠੂਮਰੋ ਜੀ ਚਲਾਕੋ ਕਹਾਉਂਦੀ ਹੈ ਉਹਨੂੰ ਤਾਂ ਕੀ ਦਵਾਲਾਂ ਹਾਂ ਤੂੰ ਦੇਖੀ ਸੀ ਇਹਨੂੰ ਤਾਂ ਜਾ ਲਿਆ ਆਪਾਂ ਪੂਰਾ ਇਹ ਆਪਣੇ 'ਤੇ ਧਿਜ ਵੀ ਗਈ ਤਾਂ ਕਹਿੰਦਾ ਜਦੋਂ ਮਰਜ਼ੀ ਅੱਧੀ ਰਾਤ ਜਦੋਂ ਮਰਜ਼ੀ ਬਸ ਫਿਰ ਠੀਕ ਹੈ ਹੁਣ ਮਰਜ਼ੀ ਕਰ ਆਪਣੀ ਉਹ ਕਰਦੇ ਹੁੰਦਾ ਨਾ ਹਾਂ ਪੂਰੀ ਸਪੋਰਟ ਪੂਰਾ ਪਿਆਰ ਹੈ ਇੱਕ ਅੱਧੀ ਵਾਰ ਇਹਨੂੰ ਖਾਣਾ ਦਾਣਾ ਹੋਰ ਲਿਆ ਤੇ ਸਿਉ ਸੂ ਲਿਆ ਦੀ ਹਾਏ ਬੇਬੇ ਤੇਰਾ ਐਡਾ ਦਿਮਾਗ ਤੂੰ ਇੰਨੀ ਹੁਸ਼ਿਆਰ ਰੱਬ ਨੇ ਅਵੱਲੀ ਬਣਾਤੀ ਤੂੰ ਤਾਂ ਤੂੰ ਮੇਰੀ ਸੁਣ ਲੈ ਗੱਲ ਧੀਏ ਇਹ ਜਿਹੜਾ ਦਿਮਾਗ ਤੇ ਹੁਸ਼ਿਆਰ ਹੈ ਇਹਨੂੰ ਉਹੀ ਰੱਖ ਦੂਗਾ ਊਂ ਆਪਣੇ ਪੱਲੇ ਥੱਲੇ ਕੀ ਸੀ ਮੁੜ ਜਾਂਦੀਆਂ ਲੈ ਦੇਖ ਲੈ ਹੈ ਹਫ਼ਤੇ ਦੀ ਕਹਿ ਕੇ ਲੈ ਗਈ ਤੀ 6ਵੇਂ ਦਿਨ ਹੀ ਫੜਾ ਗਈਆਂ ਮਾਵਾਂ ਤੀਆਂ ਬਹੁਤ ਜਮਾਨ ਵਾਲੀਆਂ ਨੇ ਭੈਣੇ ਜਮਾਨ ਦੀਆਂ ਤਾਂ ਪੱਕੀਆਂ ਨੇ ਬੇਲੱਛੀ ਬੇਲੱਛੀ ਹਾਂ ਬੇਬੇ ਆ ਲੈ ਉਹਦੇ ਟੱਪਦਾ ਤੀ ਕੀ ਆ ਤੇਰੀ ਮਾਸੀ ਦੇ ਗਈ 6ਵੇਂ ਦਿਨੇ ਦੇ ਗਈ 50,000 ਰੁਪਇਆ ਚਲ ਚੰਗਾ ਹੋਇਆ ਵਧੀਆ ਦੇ ਗਈ ਜਵਾਨ ਵਾਲੀਆਂ ਨੇ ਪੁੱਤ ਲੈ ਫੜਨਾ ਤਾਂ ਅੰਦਰ ਧਰਿਆ ਲੈ ਫੜ ਚਾਬੀ ਲੈ ਜਾ ਲੈ ਇੱਥੇ ਫੜਾ ਦੀ ਮੈਨੂੰ ਚਾਬੀ ਲਿਆ ਕੇ ਕੋਈ ਗੱਲ ਨਹੀਂ ਹਾਂ ਲੈ ਬੇਬੇ ਚਾਬੀ ਲੈ ਪੈਸੇ ਦੇ ਵੀ ਗਈਆਂ ਬੇਬੇ ਹੋਰ ਹਫ਼ਤੇ ਦੀ ਕਹਿ ਕੇ ਲੈ ਗਈਆਂ ਤੇ 6ਵੇਂ ਦਿਨ ਹੀ ਮੋੜ ਗਈਆਂ ਹਜੇ ਉਹਦੇ ਤੁਸੀਂ ਟੱਪਦੇ ਤੇ ਤੂੰ ਵੀ ਲੱਛੀ ਵੀ ਬੰਦਾ ਕਮੰਦਾ ਦੇਖ ਲਿਆ ਕਰੋ ਮੈਂ ਪਾਗਲ ਨਹੀਂ ਹੈਗੀ ਇਹ ਮੈਂ ਤਾਂ ਹੀ ਬਿਠਾਈਆਂ ਨੇ ਜੇ ਇਹਨਾਂ ਦੇ ਕੁਛ ਪੱਲੇ ਆ ਚੱਲ ਬੇਬੇ ਵਧੀਆ ਹੋ ਗਿਆ ਦੇਖ ਗਈਆਂ ਚੰਗਾ ਹੁਣ ਨਾ ਦੁਬਾਰੇ ਬਾਲਾ ਯਕੀਨ ਜਾ ਵੀ ਕਰੀ ਲੈ ਕੁੜ ਕਰ ਲਿਆ ਗੱਲ ਹੋਰ ਆਏ ਨਹੀਂ ਬੇਬੇ ਕਿਸੇ ਦੇ ਧੀਜਦੇ ਹੁੰਦੇ ਹਾਂ ਧੀਜਣ ਵਾਲੀ ਕੀ ਗੱਲ ਹੈ ਯਕੀਨ ਵਾਲੀ ਕੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ ਕਈਆਂ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਹਫ਼ਤੇ ਦੀ ਕਹਿ ਕੇ ਲੈ ਗਈਆਂ 6ਵੇਂ ਦਿਨੇ ਮੋੜ ਗਈਆਂ ਲੱਛੀ ਨੂੰ ਉੱਤੇ ਕਿਹਾ ਤੀ ਮੈਂ ਕਿਹਾ ਫੜਾ ਦੇਵੇ ਕਿੰਨਾ ਕੁਛ ਕਰਿਆ ਇਹਨੇ ਅੱਜ ਉਹ 6ਵੇਂ ਦਿਨ ਫੜਾ ਗਈਆਂ ਉਹ ਤਾਂ 200 ਰੁਪਇਆ ਵਿਆਜ ਦਿੰਦੀਆਂ ਤੀਆਂ ਚੱਲ ਬੇਬੇ ਉਹਨਾਂ ਦਾ ਦੀਨ ਮੰਨ ਜਾਣੇ ਕੋਈ ਨਾ ਮੈਂ ਤੈਨੂੰ ਫੇਰ ਵੀ ਕਹਿੰਦੀ ਹਾਂ ਪਤਾ ਹੀ ਨਹੀਂ ਹੁੰਦਾ ਨਾ ਨਾ ਇਹ ਤਾਂ ਕੀ ਗੱਲ ਹੈ ਹੁਣ ਵਰਤਣਗੀਆਂ ਇਹ ਤਾਂ ਇਹੋ ਜਿਹੀ ਗੱਲ ਨਹੀਂ ਹੈਗੀ ਹੁਣ ਨਾ ਇਹਨਾਂ ਨੂੰ ਕਹਿ ਦਿਓ ਕਦੇ ਕੁਛ ਚੱਲ ਮਰਜ਼ੀ ਹੈ ਤੇਰੀ ਹਾਂ ਚੱਲ ਕਰ ਲਓ ਕੰਮ ਚੰਗਾ ਮੈਂ ਉਹਨਾਂ ਗਾਈਆਂ ਨੂੰ ਪਾਣੀ ਪਿਆ ਮੈਂ ਪਿਆ ਪਿਆ ਹੋਰ ਅੱਜ ਅੱਜ ਦਾਲ ਕਾਹਦੀ ਬਣਾਵਾਂਗੇ ਦੇਖਦੇ ਹਾਂ ਛੋਲੂਆ ਕੱਢਿਆ ਪਿਆ ਉਹ ਬਣਾ ਲਿਓ ਚੰਗਾ ਲੈ ਦੇਖ ਲੈ ਹੁਣ ਉਹਨੂੰ ਪਤਾ ਲੱਗ ਗਿਆ ਪੋਲੀ ਹੋਈ ਫਿਰਦੀ ਹੈ ਵੀ ਇਹ ਤਾਂ 6ਵੇਂ ਦਿਨ ਹੀ ਫੜਾ ਗਏ ਨਾਲੇ ਐਂ ਵੀ ਪਤਾ ਹੈ ਮੇਰੀ ਮੰਮੀ ਸਹੀ ਸੀ ਵੀ ਮੇਰੀ ਬੇਬੇ ਕੋਈ ਝੂਠ ਨਹੀਂ ਬੋਲਦੀ ਤੀ ਬੰਦਾ ਕ ਬੰਦਾ ਦੇਖ ਕੇ ਪੈਸੇ ਦਿੱਤੇ ਜਾਂਦੇ ਨੇ ਊਂ ਤਾਂ ਨਹੀਂ ਦਿੱਤੇ ਜਾਂਦੇ ਹੋਰ ਲੀੜਾ ਕੱਪੜਾ ਵੀ ਲਿਆਉਣਾ ਉੱਥੇ ਵੀ ਪਾਉਣੇ ਨੇ ਅੱਧਾ ਕੋਕਾ ਸਾਗਨ ਸਲਾਮੀ ਸਾਰਾ ਕੁਛ ਚਾਹੀਦਾ ਹੈ ਹੋਰ ਮਾਏ ਵੀਰਾ ਬਾਹਰ ਬੈਠੀ ਹੈ ਇਹ ਡੰਗ ਸਾਰਾ ਜ਼ਰੂਰ ਲਾਇਓ ਮੇਰੇ ਵੀਰ ਬਣ ਕੇ ਹੈ
ਹਾਂ ਦੇਖੀ ਫਿਕਰ ਕਰੀ, 8 ਦਿਨ ਤਾਂ ਬਾਈ ਵਾਲੇ ਨੇ, ਲੀੜਾ ਕੱਪੜਾ ਵੀ ਲਿਆਉਣਾ ਸੀ ਮੈਂ ਆਉਣਾ ਹੈ। ਉਹ ਤੂੰ ਪਹਿਲਾਂ ਕਰ ਕੰਮ ਤੂੰ, ਹੋਰ ਵੀਰ ਬਣ ਕੇ ਦੇਖ ਮੈਂ ਬਾਹਰ ਬੈਠੀ ਹਾਂ, ਜੇ ਮੈਂ ਇੱਥੇ ਆਵਾਂ ਫਿਰ ਵੀ ਫਰਕ ਪੈ ਜੇ, ਕਿਸੇ ਤੋਂ ਹੋਰ ਪੁੱਛ ਕਰ ਲਾਂ ਹੈਂ, ਬੈਠੀ ਬਾਹਰ ਹੈ ਭਾਈ, ਇਹ ਤਾਂ ਤੈਨੂੰ ਕੰਮ ਕਰਨਾ ਲੱਗੂ ਕਰ। 8 ਦਿਨ ਤਾਂ ਪੁੱਤ ਵਾਲੇ ਨੇ, ਨਾ 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 ਵਾਲੇ ਨੇ 8 ਦਿਨ ਤਾਂ, ਨਾ ਤੂੰ ਪਹਿਲਾਂ ਕਰ, ਪਹਿਲਾਂ ਕਰ, ਤੈਨੂੰ ਮੈਂ ਕਹਿ ਤਾ ਵੀਰ ਬਣ ਕੇ। ਠੀਕ ਹੈ, ਚੰਗਾ ਭਾਈ, ਚੰਗਾ ਚੰਗਾ, ਠੀਕ। ਹੋਰ ਕੀ ਹਾਲ ਹੈ ਭੈਣ ਦਾ? ਭੈਣ ਦਾ ਹਾਲ ਤਾਂ ਠੀਕ ਹੈ ਭੈਣੇ, ਤੂੰ ਆ ਫੋਨ ਕਿਹਨੂੰ ਲਾਇਆ ਹੋਇਆ ਸੀ? ਨਹੀਂ ਉਹੀ ਗੱਲ, ਮੈਨੂੰ ਕਿਹੜੇ ਫੋਨ ਲਾਉਣੇ ਆਉਂਦੇ, ਗੁੜੀਆ ਤੋਂ ਲਵਾਇਆ ਹਰ ਕੇ ਅਮਨ ਤੋਂ। ਹਾਂ ਨਹੀਂ ਅਮਨ ਫੋਨ ਕਰ ਆੜਤੀਏ ਨੂੰ, ਨਾਨਕ ਛੱਕ ਆ ਗਈ ਭੈਣੇ। ਅੱਛਾ, ਹੋਰ ਮੈਂ ਕਿਹਾ ਪੁੱਛਣਾ ਬਾਲਾ ਉਹਨਾਂ, ਉਹ ਵੀ ਕਹਿੰਦੇ ਵੀ ਸਰ ਤਾਂ 2-2 ਲੱਖ 3-3 ਲੱਖ ਲਾਉਂਦੇ ਨੇ ਛੱਕਾਂ ਤੇ। ਲਾਉਂਦੇ ਨੇ ਭਾਈ, ਹੁਣ ਸਾਰੇ ਲਾਉਂਦੇ ਨੇ। ਹਾਂ ਕਹਿੰਦੀ ਸੈੱਟ ਚਾਹੀਦਾ ਬਹੂ ਨੂੰ। ਅੱਛਾ, ਹੋਰ ਫਿਰ ਤੂੰ ਕਹਿੰਦੀ ਨਹਾਈ ਧੋਈ ਦੀ ਅੱਡ ਛਾਂਪ ਹੋਵੇ। ਹਾਂ ਤੇ ਭਾਈ ਨਿਉਂਦਾ ਵੀ ਪਾਉਣਾ ਲੱਗੂ, ਲੀੜਾ ਕੱਪੜਾ ਵੀ ਕਹਿੰਦੀ ਲਾ ਪੈਂਟ ਕੋਟਾ ਤੋਂ ਮੰਗ ਲਿਆ, ਕਰਨਾ ਲੱਗੂ ਭੈਣੀ ਨੇ ਤਾਂ ਚਾਹੀਦਾ ਨਾ ਚਾਹੀਦਾ ਵੀ ਚਾਹੀਦਾ। ਦੋਹਤੇ ਦਾ ਵਿਆਹ ਹੈ, ਅਗਲੀ ਆ ਖੁੱਲ੍ਹ ਨਾਨੀ ਜਿਉਂਦੀ ਮਰਗੀ। ਮੇਰੀ ਗੱਲ ਸੁਣ, ਤੈਨੂੰ ਮੈਂ ਦੱਸਾਂ, ਤੈਨੂੰ ਆੜਤੀਆਂ ਨੂੰ ਕਹਿਣ ਦੀ ਕਿਹੜੀ ਲੋੜ ਸੀ ਬਾਉਲੀਏ? ਹੈਂ ਮੈਂ ਤੈਨੂੰ ਕਿਹਾ ਹੋਇਆ ਵੀ ਜੇ ਕੋਈ ਇਹੋ ਜਿਹਾ ਛੋਟਾ ਮੋਟਾ ਕੰਮ ਹੁੰਦਾ ਮੈਂ ਆਪੇ ਡੰਗ ਲਾਹੂੰ, ਨਾਲੇ ਹੁਣ ਤਾਂ ਮੈਨੂੰ ਪਤਾ ਲੱਗ ਗਿਆ ਪੂਰਾ ਵਰਤ ਵਰਤਾਵਾ ਹੋ ਗਿਆ ਆਪਣਾ, ਨਾਲੇ ਮੇਰੇ ਜਵਾਕਾਂ ਨੂੰ ਪਤਾ ਲੱਗ ਗਿਆ। ਭੈਣੇ ਮੈਂ ਤੈਨੂੰ ਦੱਸਾਂ, ਮੈਂ ਮੈਨੂੰ ਐਂ ਲੱਗਿਆ ਵੀ ਉਹੀ ਗੱਲ ਤਾਂ ਵੀ 4-5 ਲੱਖ ਰੁਪਈਆ ਚਾਹੀਦਾ, 5 ਲੱਖ ਚਾਹੀਦਾ। ਫਿਰ ਕੀ ਗੱਲ ਹੈ, 5 ਲੱਖ ਚਾਹੀਦਾ ਹੈ? 5 ਲੱਖ ਕੈਸ਼ ਹੀ ਚਾਹੀਦਾ ਕਿ ਸੋਨਾ ਸਾਨਾ ਵੀ ਚਾਹੀਦਾ? ਵਿੱਚ ਸੋਨਾ ਤੱਡ ਚਾਹੀਦਾ ਹੈ, 5 ਲੱਖ ਤਾਂ ਕੈਸ਼ ਹੀ ਚਾਹੀਦਾ। ਉਹ ਤਾਂ ਕਹਿੰਦੀ ਸਰ ਤਾਂ 1 ਲੱਖ ਰੁਪਈਆ ਨਿਉਂਦੇ ਦਾ ਪਾਉਂਦੇ ਨੇ। ਅੱਛਾ, ਨਾਨਕਿਆਂ ਦਾ 1 ਲੱਖ ਹੁੰਦਾ ਕਹਿੰਦੀ। ਅੱਛਾ, ਫਿਰ ਆਪਾਂ ਭੈਣੇ ਛੋਟੇ ਕਿਉਂ ਕਹਾਈਏ? ਨਾ ਨਾ ਨਾ, ਹੈਂ ਕੋਈ ਗੱਲ ਨਹੀਂ। ਤੇ ਭੈਣੇ ਘੱਟ ਤੋਂ ਘੱਟ ਤੈਨੂੰ ਮੈਂ ਦੱਸ ਦਿਆਂ ਗੱਲ, 4 ਲੱਖ ਰੁਪਈਆ ਤਾਂ ਜਮਾਂ ਕੋਲੇ ਚਾਹੀਦਾ। ਅੱਛਾ, ਹਾਂ ਕੋਈ ਗੱਲ ਨਹੀਂ, 4 ਲੱਖ ਤਾਂ ਮੈਂ ਦੇ ਦੂੰ। ਹਾਂ ਐਂ ਕਾਹਨੂੰ ਕਰੀ ਜਾਂਦੇ ਤੂੰ? ਚਲ ਉਹਨਾਂ ਚਿਰ ਤਾਂ ਭੈਣੇ ਹੁੰਦਾ ਹੀ ਆ। ਨਹੀਂ ਨਹੀਂ, 4 ਲੱਖ ਤਾਂ ਮੈਂ ਦੇ ਦੂੰ, ਕੋਈ ਗੱਲ ਨਹੀਂ। ਕਿੰਨੇ ਕੁ ਚਿਰ ਤੱਕ? ਭੈਣੇ ਮੂਹਰੇ ਆਉਂਦੇ ਦੇਖ ਹਾੜੀ ਆਈ, 20 ਦਿਨਾਂ ਦੇ ਅੰਦਰ ਲੋਕ ਕਣਕਾਂ ਵੱਢ ਲੈਣਗੇ। ਲਾ ਵੱਢ ਲੈਣਗੇ, ਮਹੀਨਾ ਤੈਨੂੰ ਕਰਾ ਕਰਕੇ ਜਾਊਂਗੀ, ਇੱਥੇ ਤੇਰੇ ਕੋਲੀ ਹੈ। ਠੀਕ ਹੈ, ਮੈਂ ਭੈਣੇ ਜਮਾ ਤੇਰਾ 25-25 ਸਮੇਤ ਵਿਆਜ ਦਿਓ। ਉਹ ਤਾਂ ਮੈਨੂੰ ਪਤਾ ਹੈ, ਤੂੰ ਇੰਨੀ ਸਫਾਈ ਦੇਣ ਦੀ ਕਿਹੜੀ ਲੋੜ ਹੈ ਜਦੋਂ ਮੈਂ ਤੇਰੇ ਨਾਲ ਵਰਤੀ ਹੋਈ ਹਾਂ। ਵਰਤੀ ਤਾਂ ਹੈਗੀ ਭੈਣੇ, ਫਿਰ ਵੀ ਉਹੀ ਗੱਲ ਐਂ ਲੱਗਦਾ ਹੈ ਹੱਕ ਤਾਂ ਵੰਡੀ ਕਰ। ਕੋਈ ਗੱਲ ਨਹੀਂ, ਹੁਣ ਬਸ ਮੇਰਾ ਤਾਂ ਤੂੰ ਹੀ ਆੜਤੀ ਹੈ। ਕੋਈ ਗੱਲ ਨਹੀਂ, ਆੜਤੀ ਵਾਲੀ ਕਿਹੜੀ ਗੱਲ ਹੈ, ਇਹ ਤਾਂ ਮੈਂ ਦੇ ਦੂੰ। ਨਾਲੇ ਭੈਣੇ ਇੱਕ ਤੈਨੂੰ ਹੋਰ ਸਵਾਲ ਬਣੇ, ਤੂੰ ਕਹੇਂਗੀ ਉਂਗਲੀ ਫੜ ਕੇ ਪੌਂਚਾ ਨਿਗਲ ਲਿਆ, ਉਹ ਕੰਮ ਹੋ ਗਿਆ ਤੇਰੇ ਨਾਲ ਤਾਂ ਮੇਰਾ ਨਾ। ਕੋਈ ਨਹੀਂ ਦੱਸ। ਇੱਕ ਭੈਣੇ ਤੇਰਾ ਜਿਹੜਾ ਸਿਉਣਾ ਪਾਇਆ ਸੀ ਉਹਦੇ, ਸਰ ਤਾਂ ਅਮਨ ਕਹਿੰਦੀ ਨਾ ਵੀ ਇਹ ਤਾਂ ਮਾਸੀ ਤੋਂ, ਕਹਿੰਦੀ ਉਹ ਸਿਉਣਾ ਲੈ ਨਹੀਂ, ਮੰਮੀ ਕਹਿੰਦੀ ਉਹ ਪਾ ਕੇ ਵਿਆਹ ਦੇਖ ਕੇ ਆਈ, ਬੱਲੇ ਬੱਲੇ ਕਰਾ ਦੀ। ਕੋਈ ਨਹੀਂ ਕੋਈ ਨਹੀਂ, ਉਹ ਤਾਂ ਚੱਲ ਪਾਉਣ ਵਾਲੀਆਂ ਟੂਮਾਂ ਹੀ ਨੇ। ਨਾ ਤਾਂ ਦੇਖ ਚੂੜੀਆਂ ਸ਼ੈਂਪਾਂ, ਨਾ ਨਾ ਕੋਈ ਨਹੀਂ, ਉਹ ਮੈਂ ਲਿਆ ਦੂੰਗੀ। ਕੋਈ ਹਾਂ ਭੈਣੇ, ਪੈਸੇ ਵੀ ਸਿਉਣਾ ਵੀ, ਇੱਕ ਤੈਨੂੰ ਹੋਰ ਸਵਾਲ ਆਉਣੇ, ਕਹਿੰਗੀ ਭੈਣ ਹੀ ਬਣ ਗਈ, ਆਪਣਾ ਤਾਂ ਇੱਕ ਪਰਦਾ ਹੋ ਗਿਆ ਦੋਨੇ ਪਰ। ਉਹ ਤਾਂ ਹੈ ਭੈਣੇ, ਮੈਨੂੰ ਤੇਰੇ ਰਿੰਗ ਵੀ ਦੇਈ। ਹਾਂ ਚੱਲ ਕੋਈ ਨਾ, ਦੇ ਦਿੰਦੀ ਹਾਂ। ਦੱਸੀ ਨਾ ਦੱਸੀ, ਉਹ ਭੈਣੇ ਤੇਰੀ ਮਰਜ਼ੀ ਰਹੀ। ਠੀਕ ਹੈ, ਉਹ ਗਏ ਕਿੱਥੇ ਨੇ ਅੱਜ ਜਵਾਕ ਦਿੰਦੇ ਵੀ? ਨਹੀਂ ਜਵਾਕ ਤਾਂ ਅੱਜ ਗਏ ਨੇ ਖੰਡ ਪਾਠ ਤੇ। ਅੱਛਾ, ਹਾਂ ਮੈਂ ਤਾਂ ਤੈਨੂੰ ਜਵਾਕਾਂ ਤੋਂ ਚੋਰ ਕੋਈ ਫੜਾ ਦੂੰ, ਅਸੀਂ ਫੜ ਕੇ ਧਰ ਲੂੰ। ਠੀਕ ਹੈ ਠੀਕ ਹੈ, ਕੀ ਗੱਲ ਹੈ? ਹਾਂ ਹਾਂ, ਦੋਨੇ ਜੀ ਗਏ ਹੋਏ ਨੇ। ਆ ਤੇਰੇ ਕੰਨਾਂ ਤੋਂ ਪਤਾ ਲੱਗ ਜੂ। ਕੋਈ ਨਾ, ਐਂ ਕਿ ਮੈਨੂੰ ਮੂੰਹ 'ਚ ਪਾ ਲੈਣਗੇ ਇਹ ਮੇਰੀਆਂ ਚੀਜ਼ਾਂ ਨੇ। ਚੰਗਾ, ਲੱਜ ਤਾਂ ਆ ਗਈ, ਜਿਹੜਾ ਮੈਂ ਝੂਠ ਮਾਰ ਕੇ ਫੋਨ ਆਈ ਸਕੀਮ ਬਣਾਈ ਹੈ ਉਹ ਜਮੀ ਮੌਕੇ ਨਾਲ ਕੰਮ ਹੀ ਸਰ ਗਿਆ ਮੇਰਾ। ਕਿਹੜੇ ਆੜਤੀਆਂ ਨੂੰ ਫੋਨ ਲਾਏ ਨੇ, ਕਿਹੜੇ ਹੋਰ,
ਇਹਨਾਂ ਗਿੱਚੀ ਮੁੰਨ ਕੇ ਛੱਡੂ ਹੁਣ ਤੂੰ ਦੇਖਦੀ ਜਾ ਆਪਾਂ ਨੂੰ ਕੋਈ ਬੁੜੀ ਨੂੰ ਕੁੜੀਸਣ ਛੱਡਣ ਆਪਾਂ ਆਪਣਾ ਮਸਲਾ ਹੱਲ ਕਰੀਏ ਮੈਂ ਰੋਜ਼ ਕੁੜੀ ਕਹਿੰਦੀ ਮਾਂ ਛੇਤੀ ਕਰ ਛੇਤੀ ਕਰ ਚੱਲ ਅੱਜ ਛੇਤ ਕੋਈ ਬਣ ਗਈ ਡੰਡੀ ਫੜਾਂਗੇ ਚੱਕ ਲੈ ਭੈਣੇ ਪੈਸੇ ਤਾਂ ਮੈਂ ਲਿਆ 4 ਲੱਖ ਰੁਪਈਆ ਅੱਛਾ ਠੀਕ ਹੈ ਗਿਣਨ ਗਿਣਿਆ ਮਾਂ ਨੋ ਨੋ ਤੂੰ ਨਾ ਉਦੇ ਗਿਣੇ ਗਿਣਨ ਗੁਣਨ ਆ ਗਿਆ ਤਾਂ ਆਪਾਂ ਨੂੰ ਹਫ਼ 'ਚ ਜਦੋਂ ਮਨੀ ਮਿਲ ਗਿਆ ਆਪਾਂ ਨੂੰ ਆਹ ਮਾੜਾ ਯਕੀਨ ਹੀ ਆ ਗਿਆ ਲੈ ਭੈਣੇ ਅੱਛਾ ਇਹ ਆ 4 ਤੋਲਿਆਂ ਦੀਆਂ ਤਾਂ ਚੂੜੀਆਂ ਹੋ ਗਈਆਂ ਹਾਂ ਠੀਕ ਹੈ ਭੈਣੇ ਹਨਾ ਕੱਲੀ ਕੱਲੀ ਚੀਜ਼ ਦੇਖ ਲੈ ਇਹ ਆ ਹੋ ਗਈ ਭੈਣੇ ਲੜੀ ਠੀਕ ਹੈ ਭੈਣੇ ਇਹ ਆ ਸੀ ਲੌਕਟ ਪਾਇਆ ਹੋਇਆ ਵਿੱਚ ਲੜੀ ਦੇ ਠੀਕ ਹੈ ਤੇ ਆ ਹੋ ਗਏ ਭੈਣੇ ਕਾਂਟੇ ਠੀਕ ਹੈ ਭੈਣੇ ਇਹ ਆ ਸੀ ਠੀਕ ਹੈ ਠੀਕ ਇਹ ਆ ਸੀ ਠੀਕ ਆ ਹੋ ਗਏ ਕਾਂਟੇ ਇਹ ਆ ਹੋ ਗਿਆ ਭੈਣੇ ਮੈਂ ਤਾਂ ਅਮਨ ਵਾਲਾ ਮਕਾਮ ਲਾ ਲੂੰਗੀ ਠੀਕ ਹੈ ਜੀ ਆ ਸੀ ਆ ਹੋ ਗਿਆ ਭੈਣੇ ਪੈਰਾਣੀਆਂ ਚਾਂਦੀ ਦੀਆਂ ਚਾਂਦੀ ਦੀਆਂ ਠੀਕ ਹੈ ਠੀਕ ਹੈ ਹਾਂ ਹੁਣ ਮੈਂ ਐ ਸੋਚਦੀ ਸੀ ਹਾਂ ਭੈਣੇ ਤੇ ਮੈਂ ਕਿਹਾ ਚੱਲ ਰਿੰਗਾਂ ਨੂੰ ਤਾਂ ਮੈਂ ਪਤਾ ਲੱਗ ਜੂਗਾ ਹਾਂ ਫਿਰ ਤੇ ਨਕਲੇਸ ਹੁਣ ਅੰਦਰ ਵੜ ਕੇ ਫੜ ਦੇ ਜੂੰਗੀ ਹਾਂ ਅੰਦਰ ਵੜ ਕੇ ਲੈ ਹਾਂ ਚੱਲ ਰਿੰਗ ਤਾਂ ਰੱਖ ਠੀਕ ਹੈ ਲੈ ਭੈਣੇ ਵਿਆਹ 'ਚ ਤਾਂ ਤੇਰੀ ਬੱਲੇ ਬੱਲੇ ਹੋ ਜੂਗੀ ਲੈ ਹੁਣ ਹੋਣੀ ਆ ਬੱਲੇ ਬੱਲੇ ਇੰਨਾ ਸੋਨਾ ਪਾਇਆ ਹਾਂ ਲੈ ਭੈਣੇ 7-8 ਤੋਲੇ ਸੋਨੇ ਦੇ ਹੋ ਗਏ ਬੱਲੇ ਬੱਲੇ 4 ਲੱਖ ਹੋ ਗਿਆ ਰੁਪਈਆ ਲੈ ਭੈਣੇ ਆਪ ਤਾਂ ਸਾਂਭ ਲੈ ਜਾ ਕੋਈ ਨਹੀਂ ਭੈਣੇ ਸ਼ਾਬਾਸ਼ ਭੈਣੇ ਬਹੁਤ ਬਹੁਤ ਤੇਰਾ ਧੰਨਵਾਦ ਹਾਂ ਮਹਾਰਾਜ ਸੱਚਾ ਲੈ ਜਾ ਅੱਛਾ ਅਹੀਂ ਆਪਣੀ ਬਣੀ ਰੱਖੇ ਮਾਲਕ ਹਾਂ ਹਾਂ ਚੰਗਾ ਰੱਬ ਤੇਰੀ ਬਣੀ ਰਹੂਗੀ ਆਪਣਾ ਜਦੋਂ ਫਰਕ ਹੀ ਨਹੀਂ ਕੋਈ ਕੀ ਗੱਲ ਹੈ ਖਸਮਾਂ ਨੂੰ ਖਾਂਦਾ ਫੜ ਕੇ ਕੁਛ ਨਹੀਂ ਹੁੰਦਾ ਹੈਗਾ ਵਿਆਹ ਦੇਖ ਲੂਗੀ ਵਧੀਆ ਮੇਰੇ ਪਾਏ ਉਹਨਾਂ ਨੂੰ ਸੋਹਣੇ ਲੱਗਦੇ ਤੇ ਤਾਂ ਕਰਕੇ ਵਿਚਾਰੀ ਲੈ ਗਈ ਕੁਛ ਨਹੀਂ ਹੁੰਦਾ ਹੁਣ ਤਾਂ ਰਿੰਗ ਵੀ ਮੰਗਦੀ ਤੀ ਮੈਂ ਤਾਂ ਦੇ ਦਿੰਦੀ ਮੈਂ ਕਿਹਾ ਪਿੱਟਣਗੇ ਜੇ ਪਤਾ ਲੱਗ ਗਿਆ ਆਹ ਚੀਜ਼ਾਂ ਦਾ ਤਾਂ ਉਹਨਾਂ ਨੂੰ ਪਤਾ ਨਹੀਂ ਹੈਗਾ ਕੋਈ ਨਾ ਵਿਚਾਰੀ ਵਿਆਹ ਦੇਖ ਲੂਗੀ ਮੈਨੂੰ ਸਰਪੰਚਣੀ ਸਰਪੰਚਣੀ ਕਹਿੰਦੇ ਨੇ ਕਿਵੇਂ ਮਾਰਦੀ ਸੀ ਫੜਾਂ ਹੁਣ ਇਹਦੀ ਸਰਪੰਚੀ ਨੂੰ ਮੈਂ ਥੱਲ ਕੇ ਧਰ ਦੂੰ ਹੁਣ ਪਤਾ ਲੱਗੂ ਵੀ ਕਿੱਡੀ ਕੁ ਸਰਪੰਚਣੀ ਚਲਾਕ ਹੈ ਬਾਹਲੀ ਸਿਆਣੀ ਬਣਦੀ ਆਪਦੇ ਆਪ ਨੂੰ ਮੈਂ ਸਰਪੰਚਣੀ ਮੈਨੂੰ ਸਰਪੰਚਣੀ ਕਹਿ ਕੇ ਬੁਲਾਉਂਦੇ ਨੇ ਤੈਨੂੰ ਤਾਂ ਬੇਦਿਮਾਕੀ ਕਹਿ ਕੇ ਬੁਲਾਇਆ ਕਰਨਗੇ ਲੋਕ ਜਦੋਂ ਝੁੰਬਾ ਲਟਾਤਾ ਨਾ ਤਾਂ ਹੁਣ ਤੈਨੂੰ ਬੇਦਿਮਾਕੀ ਕਹਿਣਗੇ ਕਿਹੜੀ ਸਰਪੰਚਣੀ ਕਹਿਣਗੇ ਲੈ ਆਈਆਂ ਨਹੀਂ ਹੈਗੀਆਂ ਭੈਣ ਹੋਰੀ ਪਰਮਜੀਤ ਕਹਿੰਦੀ ਤੀ ਇੰਨੇ ਕੁ ਦਿਨਾਂ ਨੂੰ ਆ ਜਾਵਾਂਗੇ ਹੈਂ ਕੁੜੀ ਵੀ ਟੀਚਰ ਹੈ ਕਿਵੇਂ ਸਰ ਜੂਗਾ ਉਹਨਾਂ ਨੂੰ ਉਹਨਾਂ ਨੂੰ ਤਾਂ 20-25 ਦਿਨ ਹੋ ਗਏ ਹੋਰ ਉਹ ਤਾਂ ਕਹਿੰਦੇ ਤੇ ਅਸੀਂ ਛੇਤੀ ਆਵਾਂਗੇ ਜੇ ਮੈਂ ਫੋਨ ਕਰਦੀ ਹਾਂ ਤਾਂ ਫੋਨ ਵੀ ਬੰਦ ਆਈ ਜਾਂਦਾ ਉਹਨਾਂ ਦਾ ਫੋਨ ਵੀ ਨਹੀਂ ਚੱਕਦੀਆਂ ਕੀ ਗੱਲ ਹੋ ਗਈ ਰਾਜਕੁਮਾਰ ਨੂੰ ਨਾ ਪੁੱਛਾਂ ਲਾ ਕੇ ਹਾਂ ਰਾਜਕੁਮਾਰ ਨੂੰ ਪਤਾ ਹੈਲੋ ਹਾਂ ਪੁੱਤ ਹਾਂ ਰਾਜਕੁਮਾਰ ਜਿਹੜੀਆਂ ਉਹਦੇ ਆਪਣੇ ਕਿਰਾਏ ਵਾਲੀਆਂ ਆਈਆਂ ਸੀ ਹੈ ਕਿਰਾਏ ਵਾਸਤੇ ਭੇਜਦੀਆਂ ਤੈਂ ਨਹੀਂ ਭੇਜੀਆਂ ਹੋਰ ਪੁੱਤੋ ਕਹਿੰਦੀ ਡਰੈਸ ਤਾਂ ਸਾਨੂੰ ਰਾਜਕੁਮਾਰ ਨੇ ਦਿੱਤਾ ਦੋ ਮਾਵਾਂ ਧੀਆਂ ਨੇ ਪੁੱਤ ਹਾਂ ਨਾ ਨਾ ਫਾਪਣੇ ਡਿਊਟੀ ਹੈ ਚੱਲ ਠੀਕ ਹੈ ਫਿਰ ਮੈਂ ਹੋਰ ਪਤਾ ਕਰ ਦਿਆਂ ਨਾ ਟੈਂਸ਼ਨ ਟੁਨਸ਼ਨ ਤਾਂ ਕਾਹਦੀ ਹੈ ਲੈ ਇਹ ਵੀ ਵਿੱਚੋਂ ਨਿਕਲ ਗਿਆ ਤਾਂ ਕਹਿੰਦਾ ਮੈਂ ਤਾਂ ਕੋਈ ਨਹੀਂ ਭੇਜੀ ਨਾ ਮੂੰਹਾਂ ਨੂੰ ਤਾਂ ਗੱਲ ਹੋਰ ਹੀ ਲੱਗਦੀ ਹੈ ਵਿੱਚੋਂ ਆ ਕੀ ਬਣ ਗਿਆ ਬੱਬੇ ਕੀ ਹੋ ਗਿਆ ਟੈਂਸ਼ਨ ਲਈ ਬੈਠੀ ਆ
ਨਾ ਟੈਂਸ਼ਨ ਤਾਂ ਕਾਹਦੀ ਹੈ। ਅੱਛਾ ਲੱਗਦਾ ਉਹਨੂੰ ਗੱਲ ਹੁੰਦੀ ਹੈ ਕੋਈ? ਨਾ ਗੱਲ ਗੁੱਲ ਤਾਂ ਕੋਈ ਨਹੀਂ। ਚੱਲ ਮੈਂ ਤੈਨੂੰ ਐਂ ਕਹਿਣਾ ਸੀਗਾ 400 ਫੁੱਟ ਵਾਲਾ ਬੋਰ ਕਰ ਵੀ ਚੰਗਾ ਪਾਣੀ ਆ ਥੱਲੇ, ਅਤੇ ਮਿਸਤਰੀ ਨੂੰ ਸਾਈਜ਼ ਦੇ ਆਈਏ 50,000 ਰੁਪਏ ਲੈਣ ਦੀ। ਕੋਈ ਨਾ ਕਰ ਲਵਾਂਗੇ, ਐਡੀ ਛੇਤੀ ਕੀ ਹੋਇਆ? ਉਹ ਫਿਰ ਕਣਕ ਵੱਢ ਕੇ ਕਰ ਲਵਾਂਗੇ, ਸਾਈਜ਼ ਤਾਂ ਪਹਿਲੇ ਦੇਣੀ ਪਊਗੀ। ਕੋਈ ਨਾ ਦੇ ਦਾਂਗੇ ਸਾਈ। ਬੇਬੇ ਕੋਈ ਨਹੀਂ ਕਿਉਂ, ਉਹ ਤਾਂ ਮੇਨ ਕੰਮ ਆਪਾਂ ਚੰਗੇ ਪਾਣੀ ਦਾ, ਫਸਲ ਫੇਰ ਹੀ ਹੋਊਗੀ। ਫਸਲ ਤਾਂ ਹੋਊਗੀ ਜੇ 10 ਦਿਨ ਪਹਿਲਾਂ ਸਾਈ ਦੇਵਾਂ, ਫੇਰ ਬੋਰ ਆਫ ਹੋਊਗਾ ਆਪਣਾ। ਤੂੰ ਟੈਂਸ਼ਨ ਕਰੇ ਬੈਠੇ ਆ ਨਾ, ਉਹ ਕਿਰਾਏ ਵਾਲੀ ਆਉਂਦਾ ਨੇ ਹਾਂ ਚੁੜ ਕੇ, ਤੇ ਕਿਰਾਏ ਨਹੀਂ ਦੇ ਕੇ ਗਈਆਂ ਉਹ। ਟੈਂਸ਼ਨ ਨਾ ਲੈ, 2500 ਦੀ ਕੋਈ ਗੱਲ ਨਹੀਂ ਹੈਗੀ। 2500 ਦੀ ਨਹੀਂ ਗੱਲ ਹੈਗੀ। ਕੀ ਹੋ ਗਿਆ ਬੇ, ਕੀ ਹੋ ਗਿਆ? ਹੋਰ ਤਾਂ ਨੀ ਕੁਛ ਦਿੱਤਾ, ਹੋਰ ਤਾਂ ਨਾਲ ਚੂੜੀਆਂ ਤੀਆਂ ਮੇਰੀਆਂ ਬਣਾ ਲਾ ਭੈਣ। ਬੇਬੇ ਤਾਂ ਕਾਸੇ ਜੋਗੇ ਨੀ ਛੱਡੇ, ਜਮਾ ਖੂੰਜੇ ਲਾਤੇ 4 ਲੱਖ ਰੁਪਇਆ ਦੇ, ਤਾਂ 7-8 ਤੋਲੇ ਸੋਨੇ ਦੇ ਫੜਾਤੇ। ਉਦੋਂ ਮੈਂ ਕਿੰਨਾ ਕਿਹਾ? ਆਧਾਰ ਕਾਰਡ ਲੈ ਲੈ ਉਹਨਾਂ ਦਾ ਅੱਗੇ ਨਾ, ਕੋਈ ਗੱਲ ਨੀ। ਮੈਨੂੰ ਕੀ ਪਤਾ, ਤੈਨੂੰ ਤਾਂ ਬਰਫੀ ਦੇ ਕੇ ਮਿੱਠਾ ਗਿੱਟਾ ਦੇ ਕੇ ਬੜਾ ਰੱਖਿਆ ਸੀ, ਤੂੰ ਤਾਂ ਜਮੀ ਪੱਟ ਸੁੱਟੇ ਲਾ ਤੇ ਖੁੰਜੇ ਜਮਾ। ਬੇਬੇ ਤੈਨੂੰ ਤਾਂ ਐਂ ਲੱਗਦਾ ਸੀ ਇਹ ਮੇਰੇ ਦੁਸ਼ਮਣ ਨੇ, ਜੇ ਖਾਣ ਪੀਣ ਤੋਂ ਰੋਕਦੀਆਂ ਸੀ ਉਹ ਇਸੇ ਚੀਜ਼ ਦਾ ਫਾਇਦਾ ਉਠਾ ਗਈਆਂ ਆਪਣੇ ਘਰੇ ਰਹਿ ਕੇ ਵਿੱਚ ਰਹਿ ਕੇ। ਸੋਡਾ ਨਹੀਂ ਕੋਈ ਜਾਣ ਪਛਾਣ ਵਾਲਾ ਫਾਪੜੀ, ਫੋਨ ਲਾ ਕੇ ਪੁੱਛ ਲੈਂਦੇ ਜੇ ਕੋਈ ਹੈਗਾ। ਹੈਗਾ ਸੀਗਾ ਰਦਾਸੀਆਂ ਦਾ ਮੁੰਡਾ, ਇੱਕ ਨੂੰ ਪੁੱਛ ਲੈਣਾ ਚੌਂਕੀਦਾਰ ਹਮਲਾ ਉੱਥੇ। ਕਿੰਨਾ ਦਾ ਮੁੰਡਾ? ਹੈਲੋ, ਕੀ ਹਾਲ ਆ ਬਈ? ਠੀਕ ਆ। ਹਾਂ, ਇੱਕ ਇਹਦਾ ਪੰਜਾਬੀ ਟੀਚਰ ਅਮਨ ਕੋਈ ਕੁੜੀ, ਇੱਥੇ ਆਉਂਦੀ ਡਿਊਟੀ 'ਤੇ? ਇੱਥੇ ਹੈ ਨਹੀਂ ਕੁੜੀਆਂ, ਕਮਾਲ ਦੀ ਗੱਲ ਆ। ਹੈ ਠੀਕ ਆ, ਉਹਦਾ ਕਹਿੰਦਾ ਪੰਜਾਬੀ ਟੀਚਰ ਤਾਂ ਉਹਦੇ ਮੁੰਡਾ ਹੈਗਾ। ਲੈ ਹੁਣ ਫੜ ਲਾ ਪੂਛ, ਕਿਹਦੀ ਫੜੇਂਗੀ? ਰੋਜ਼ ਤਾਂ ਜਾਂਦੀ ਸੀ, ਰੋਜ਼ ਜਾਂਦੀ ਸੀ ਨਾ, ਆਪਾਂ ਨੂੰ ਕੀ ਪਤਾ ਕਿੱਥੇ ਜਾ ਕੇ ਆਉਂਦੀ ਸੀ, ਆਪਾਂ ਕਿਹਦੇ ਮਗਰ ਜਾਂਦੇ ਸੀ, ਖਬਰੇ ਕੀ ਚਾਲ ਖੇਡ ਗਈਆਂ। ਹਾਏ ਓ ਰੱਬਾ, ਇਹ ਬੁੜੀ ਦਾ ਜਮਾ ਮਰਵਾਤੇ, ਇਹਨੇ ਤਾਂ ਮਰਵਾਤੇ ਬਾਈ, ਮਰਵਾਤੇ। ਆਪਾਂ ਨੂੰ ਤਾਂ ਇਹ ਦੁਸ਼ਮਣ ਸਮਝਣ ਲੱਗ ਗਈ ਸੀ ਉਹਨਾਂ ਮਗਰ ਲੱਗ ਕੇ। ਦੱਸ ਕੀ ਕਰੀਏ ਹੁਣ? ਬੇਬੇ ਆਪਦਿਆਂ ਨੂੰ ਪਿੱਛੇ ਸਿੱਟ ਕੇ ਬਗਾਨਾ ਤੇ ਭਰੋਸਾ ਨਹੀਂ ਕਰਿਆ ਕਰਦੇ। ਤੂੰ ਮੈਨੂੰ ਕੀ ਪਤਾ ਸੀ, ਹੁਣ ਕਹਾਂ ਵਾਸਤੇ ਮੈਨੂੰ ਸਮਝ ਆ ਗਈ। ਸਮਝ ਤੈਨੂੰ ਸਸਤੀ ਆ ਗਈ, 10 ਲੱਖ ਚ ਆ ਗਈ ਤੈਨੂੰ ਸਮਝ, ਕਰਦਾ ਮੈਂ ਹੱਲ ਕੀ ਹੁਣ? 10 ਲੱਖ ਨੂੰ ਰਾੜਾ ਲਵਾਤਾ ਬੇਬੇ ਤੈਂ ਤਾਂ। ਸਤਿ ਸ਼੍ਰੀ ਅਕਾਲ ਬਾਈ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਵੀਡੀਓ ਹੁਣ ਦੇਖਦੇ ਹੋ ਨਾ,
ਐਵੇਂ ਜਿਵੇਂ ਦੇਖਿਆ ਕਰੋ, ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ, ਵਧੀਆ ਵਧੀਆ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ। ਹਾਂਜੀ, ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਹੁਣ ਵਾਰੀ ਕਮੈਂਟਾਂ ਦੀ। ਸੁਖਵਿੰਦਰ ਸਿੰਘ ਸਿੱਧੂ ਗਾਜ਼ੀਆਬਾਦ, ਹਰਦੀਪ ਕੌਰ ਜੂਕੇ, ਜਸਪਾਲ ਕੌਰ ਜ਼ਫਰਪੁਰ, ਮਨਪ੍ਰੀਤ ਜਗਜੀਤਪੁਰਾ, ਪਰਮਜੀਤ ਕੌਰ ਲੁਧਿਆਣਾ, ਰਾਜਵੀਰ ਕੌਰ ਸਤੌਜ, ਮਧੂ ਸਬਰਵਾਲ ਅਬੋਹਰ, ਬਲਰਾਜਦੀਪ ਸਿੱਧੂ ਫਾਫੜੇ, ਗੁਲਾਬ ਢਿੱਲੋ, ਜੋਬਨ ਜੀਤ ਗਿੱਲ ਲੰਡਨ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ।